ਕੋਈ ਨਾ ਕੋਈ ਸ਼ਿਕਾਰ। ਹਾਂ ਆਹ ਮੁੰਡਾ ਫਿਰਦਾ ਪਹਿਲਾਂ ਪਾਉਂਦਾ, ਇਹ ਜੌਨੀ। ਹਾਂ ਜੌਨੀ ਜੌਨੀ ਤੇ ਬਹਿ ਗਿਆ ਬੱਟਾ ਨੂੰ ਮਹਿਲਾ, ਜੌਨੀ ਦਾ ਪਾਕਰ ਬਣੂ ਇਹ ਕੀ ਕਹਿੰਦੇ ਸੀ ਪਾ ਲਿਆ। ਹਾਂ ਬਣਾਤਾ ਸੁਹਾਗਾ ਬਣਾਤਾ ਆਲਾ ਖੋਟ ਜਾਓ ਕਰੋ। ਹਾਂ ਆਹਦਾ ਅੱਡੀ ਛੜਪ ਭਾਈ ਚੱਲਦਾ। ਹਾਂ ਅਜੇ ਦਿੱਲੀ ਦੂਰ ਲੱਗਦੀ ਆ, ਕੀ ਕਹਿੰਦਾ ਪਾ ਲਿਆ ਆ ਹਾ ਤੇ ਉਹ ਸੋਨੀ ਸਲੇ ਦੇ ਕੱਟਦਾ ਆ ਡਾਲਰ ਵਾਲੇ ਆ ਜਾਓ ਵੀ $100 ਦਿੰਦੇ ਆ। ਤੇਜਿੰਦਰ ਸਿੰਘ ਜੀ ਨਿੱਜਰ ਸਰਪੰਚ ਦੇ ਨੇ $100 ਪੂਰਾ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਓ ਅਰੰਗ ਪੰਜਾਬ ਦੇ ਯੂਟਿਊਬ ਚੈਨਲ ਤੋਂ ਆਪ ਸਭ ਦਾ ਸਵਾਗਤ ਕਰਦਾ। ਸੋ ਅੱਜ ਮੇਰੇ ਨਾਲ ਨੇ ਮਾਂ ਖੇਡ ਕਬੱਡੀ ਦੇ ਪ੍ਰਸਿੱਧ ਜਾਫੀ ਆਪਣੇ ਸਮੇਂ ਦੇ ਸਰਦਾਰ ਜਤਿੰਦਰ ਸਿੰਘ ਜੀ, ਜਿਨ੍ਹਾਂ ਨੂੰ ਖੇਡ ਗਰਾਊਂਡਾਂ ਦੇ ਵਿੱਚ ਸੋਨੀ ਸੁਨੇਧ ਦੇ ਨਾਂ ਕਰਕੇ ਜਾਣਿਆ ਜਾਂਦਾ। ਆਓ ਫਿਰ ਕਰੀਏ ਬਾਈ ਦਾ ਸਵਾਗਤ ਅਤੇ ਕਰੀਏ ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ। ਹਾਂਜੀ ਬਾਈ ਜੀ, ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਧਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਐਡੀ ਦੂਰੋਂ ਚੱਲ ਕੇ ਆਇਓ ਮੇਰੇ ਕੋਲ ਅਤੇ ਘਰ ਬੈਠੇ ਦੇਖ ਰਹੇ ਰੰਗ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਬਾਈ ਜੀ, ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੀ ਜ਼ਿੰਦਗੀ ਦੀਆਂ, ਕਿਉਂਕਿ ਬੜਾ ਨਾਮ ਅੱਜ ਕੱਲ੍ਹ ਵੀ ਅਸੀਂ ਗਰਾਊਂਡਾਂ ਦੇ ਵਿੱਚ ਸੁਣਦੇ ਹਾਂ ਅਤੇ ਬੜਾ ਨਾਂ ਰਿਹਾ ਤੁਹਾਡਾ ਜਦੋਂ ਤੁਸੀਂ ਖੇਡ ਗਰਾਊਂਡਾਂ ਦੇ ਵਿੱਚ ਜੱਫੇ ਲਾਉਂਦੇ ਸੀ ਅਤੇ ਲੋਕ ਤਾੜੀਆਂ ਕੂਕਾਂ ਵਜਾਉਂਦੇ ਸੀ, ਅਤੇ ਉਹ ਸਮੇਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਸਾਰੀਆਂ ਅੱਜ ਆਪਾਂ ਤੁਹਾਡੀ ਜ਼ਿੰਦਗੀ ਦੀਆਂ ਤੁਹਾਡੇ ਚਾਹੁਣ ਵਾਲਿਆਂ ਦੇ ਨਾਲ ਅਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਾਂਗੇ। ਸੋ ਆਪਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਜਨਮ ਤੋਂ, ਤੁਹਾਡਾ ਜਨਮ ਕਦੋਂ ਹੋਇਆ ਸੀ? ਮੇਰਾ ਜਨਮ ਹੋਇਆ ਜੀ 1977 'ਚ ਨਵੰਬਰ 30 ਤਰੀਕ ਨੂੰ ਜੀ। ਹਾਂਜੀ। ਪਿਤਾ ਜੀ ਦਾ ਨਾਮ ਜੀ? ਪਿਤਾ ਜੀ ਸਰਦਾਰ ਭਜਨ ਸਿੰਘ ਗਿੱਲ। ਮਾਤਾ ਜੀ? ਮਾਤਾ ਜੀ ਰਸ਼ਪਾਲ ਕੌਰ ਜੀ। ਜੀ ਕਿੰਨੇ ਭੈਣ ਭਰਾ ਸੀ ਬਾਈ ਜੀ? ਅਸੀਂ ਹੈਗੇ ਜੀ, ਮੇਰੀ ਸਿਸਟਰ ਆ ਵੱਡੀ ਜੀ, ਜੀ ਅਤੇ ਉਸ ਤੋਂ ਛੋਟਾ ਮੇਰਾ ਬ੍ਰਦਰ ਆ ਜੀ, ਅਤੇ ਸਾਰਿਆਂ ਤੋਂ ਛੋਟਾ ਮੈਂ ਆ ਜੀ, ਤਿੰਨ ਭੈਣ ਭਰਾ ਜੀ। ਜੀ ਅੱਛਾ ਬਾਈ ਜੀ, ਪੜ੍ਹਾਈ ਕਿੱਥੋਂ ਤੱਕ ਕੀਤੀ ਸੀ ਤੁਸੀਂ? ਪੜ੍ਹਾਈ ਕੀਤੀ ਹੈ ਜੀ, ਮੈਂ ਪਲੱਸ ਟੂ ਕਲੀਅਰ ਆ, ਉਸ ਤੋਂ ਬਾਅਦ ਫਿਰ BA 1 'ਚ ਬੌਂਦਲੀ ਕਾਲਜ ਸਮਰਾਲੇ ਦਾ ਲਿਆ ਐਡਮਿਸ਼ਨ ਲਈ ਜੀ। ਉਸ ਤੋਂ ਪਹਿਲਾਂ ਇੱਕ ਸਾਲ ਮੈਂ ਦਾਖੇ ਕਾਲਜ ਵੀ ਐਡਮਿਸ਼ਨ ਲਈ ਸੀ ਜੀ, ਅਤੇ ਉਸ ਤੋਂ ਬਾਅਦ ਬੌਂਦਲੀ ਕਾਲਜ ਸਮਰਾਲਾ ਜੀ, ਪਰ BA ਕਲੀਅਰ ਨਹੀਂ ਹੋਈ ਫਿਰ, ਕਿਉਂਕਿ ਧਿਆਨ ਤੁਹਾਨੂੰ ਪਤਾ ਇੱਕ ਚੀਜ਼ ਹੀ ਹੋਣੀ ਹੈ ਨਾ, ਕਬੱਡੀ ਵਾਲੇ ਪਾਸੇ ਧਿਆਨ ਜਾਂਦਾ, ਉਹੀ ਟਾਈਮ ਪੜ੍ਹਨ ਦਾ ਹੁੰਦਾ, ਉਹੀ ਟਾਈਮ ਖੇਡਣ ਦਾ ਹੁੰਦਾ ਨਾ, ਬਿਲਕੁਲ ਸੇਮ ਟਾਈਮ 'ਤੇ ਬਿਲਕੁਲ। ਅਤੇ ਫਿਰ ਪਲੱਸ ਟੂ ਤੋਂ ਬਾਅਦ BA 1 ਦੇ ਵਿੱਚੋਂ ਉਦੋਂ ਬਾਅਦ ਨਹੀਂ ਮਤਲਬ ਪੜ੍ਹੇ, ਮਤਲਬ ਕਬੱਡੀ ਵਾਲੇ ਪਾਸੇ ਰਹੇ ਜ਼ਿਆਦਾ। ਹਾਂਜੀ ਜੀ। ਅੱਛਾ ਭਾਈ ਜੀ, ਫਿਰ ਕਬੱਡੀ ਦੀ ਸ਼ੁਰੂਆਤ ਤੁਹਾਡੀ ਕਿਸ ਤਰ੍ਹਾਂ ਹੋਈ ਸੀ, ਕਿਹੜੇ ਖਿਡਾਰੀ ਤੋਂ ਪ੍ਰਭਾਵ ਸੀ, ਤੁਸੀਂ ਕਿਹਨੂੰ ਦੇਖ ਕੇ ਕਬੱਡੀ ਵੱਲ ਆਏ ਸੀ? ਕਬੱਡੀ ਦੀ ਸ਼ੁਰੂਆਤ ਜੀ, ਪਹਿਲਾਂ ਤਾਂ ਤੁਸੀਂ ਪਿੰਡ ਲੈਵਲ ਤੋਂ ਦੇਖ ਲਓ ਨਾ, ਸਾਡੇ ਪਿੰਡ ਦੀ ਟੀਮ ਸਾਡੇ ਹੈਪੀ ਹੁੰਦਾ ਸੀਗਾ, ਮੇਰਾ ਮਾਮਾ ਵੀ ਲੱਗਦਾ ਵੈਸੇ, ਉਹ ਉਹਨਾਂ ਦਾ ਪਿੰਡ ਗੁਰਮਾਵਾ ਅਸਲੀ ਜੀ, ਅਤੇ ਉਹ ਸਾਡੇ ਪਿੰਡ ਰਹਿੰਦੇ ਸੀਗੇ, ਅਤੇ ਅਸੀਂ ਵੀ ਸਾਡਾ ਅਸਲੀ ਪਿੰਡ ਵੈਸੇ ਨੂਰਪੁਰਾ ਰੈਕੋਟ ਕੋਲ। ਹਾਂਜੀ। ਅਤੇ ਅਸੀਂ ਇੱਥੇ ਆ ਗਏ ਸੀਗੇ ਕਿਉਂਕਿ ਡੈਡੀ ਇੱਥੇ ਨੌਕਰੀ ਕਰਦੇ ਸੀ ਸ਼ਹਿਰ, ਅਤੇ ਹੈਪੀ ਸਾਡੇ 62 ਕਿਲੋ ਦਾ ਬਹੁਤ ਵਧੀਆ ਰੇਡਰ ਹੁੰਦਾ ਸੀ। ਹਾਂਜੀ। ਅਤੇ ਉਹਨਾਂ ਨੂੰ ਦੇਖ ਦੇਖ ਕੇ ਪਿੱਛੇ, ਜਿਵੇਂ ਪਿੰਡ 'ਚ ਆਪਾਂ ਪਹਿਲਾਂ ਕਬੱਡੀ ਤਾਂ ਹਰੇਕ ਬੰਦਾ ਬੱਚਾ ਖੇਡਿਆ ਹੀ ਖੇਡਿਆ। ਹਾਂਜੀ ਹਾਂਜੀ। ਹੈ ਨਾ, ਉਵੇਂ ਸ਼ੁਰੂਆਤ ਕੀਤੀ। ਹਾਂਜੀ। ਹੌਲੀ ਹੌਲੀ ਹੋਰ ਮੁੰਡੇ ਮੇਰੇ ਨਾਲ ਦੇ, ਅਸੀਂ ਪਿੰਡ ਦੇ ਖੇਡਦੇ ਖੇਡਦੇ ਜੀ ਪਿੰਡਾਂ ਦੇ ਵਿੱਚ ਮੈਚ ਖੇਡਣ ਲੱਗ ਗਏ, ਪਿੰਡ ਵਾਰ ਖੇਡਣ ਲੱਗ ਗਏ। ਹਾਂਜੀ। ਅਤੇ ਉਸ ਤੋਂ ਬਾਅਦ ਸ਼ੁਰੂਆਤ ਹੁੰਦੀ ਗਈ ਕਹਿੰਦੇ ਅੱਗੇ ਦੀ ਅੱਗੇ ਸਟੈਪ ਬਾਏ ਸਟੈਪ। ਜੀ ਜੀ। ਅੱਛਾ ਬਜਨੀ ਕਬੱਡੀ ਤਾਂ ਖੇਡੀ ਤੁਸੀਂ? ਨਹੀਂ, ਬਜਨੀ ਕਬੱਡੀ ਨਹੀਂ ਮੈਂ ਖੇਡਿਆ ਜੀ। ਜੀ। 62 ਕਿਲੋ ਦੇ 2-3 ਕੁ ਮੈਚਾਂ ਦੇ ਵਿੱਚ ਖੜ ਖੁੜ ਕੇ ਵੀ ਮੈਂ ਜੀ ਸ਼ੌਂਕ ਜਿਹਾ ਨਹੀਂ ਹੁੰਦਾ, ਮੋਰ ਲਵਾ ਲਈ ਭਾਰ ਆ ਗਿਆ ਜੀ, ਅਤੇ 57-62 ਕਿਲੋ ਦੇ ਬਾਅਦ ਸਨ ਜੀ, ਉਸ ਤੋਂ ਬਾਅਦ ਓਪਨ ਹੀ ਖੇਡਿਆ ਮੈਂ ਜੀ। ਓਪਨ ਫਿਰ ਕਦੋਂ ਸ਼ੁਰੂ ਕੀਤੀ ਸੀ? ਅਤੇ ਪਿੰਡ ਦੀ ਟੀਮ ਤੋਂ ਇਲਾਵਾ ਅਤੇ ਹੋਰ ਕਿਹੜੇ ਖਿਡਾਰੀਆਂ ਨਾਲ ਖੇਡੇ ਤੁਸੀਂ? ਮੈਂ ਪਿੰਡ ਦੇ ਪਹਿਲਾਂ ਤਾਂ ਸਟਾਰਟਿੰਗ ਤਾਂ ਪਿੰਡ ਤੋਂ ਹੀ ਆ, ਹੈ ਨਾ। ਹਾਂਜੀ। ਜਦੋਂ ਥੋੜ੍ਹਾ ਜਿਹਾ ਫਿਰ ਆਪਾਂ ਬੰਦਾ ਸੀਰੀਅਸ ਹੋਈ ਜਾਂਦਾ ਅੱਗੇ ਦੀ ਅੱਗੇ, ਹੈ ਨਾ, ਕੁਛ ਦੇਖਣ ਲੱਗ ਜਾਂਦਾ ਵੀ ਹਾਂ ਥੋੜ੍ਹਾ ਜਿਹਾ ਹੋਰ ਵਧੀਆ ਹੋਈ ਜਾਂਦੇ ਹਾਂ। ਹਾਂਜੀ। ਵੀ ਹੋਰ ਮਿਹਨਤ ਕਰੀਏ। ਹਾਂਜੀ। ਸਾਡੇ ਨੇੜੇ ਫੁੱਲਾਂ ਵਾਲੀ ਟੀਮ ਬਹੁਤ ਵਧੀਆ ਸੀ। ਹਾਂਜੀ। ਉਹ ਤਾਂ ਵਧੀਆ ਹੀ ਸੀ ਟੀਮ, ਜ਼ਿਆਦਾ ਵਧੀਆ ਸੀ ਸਾਡੇ, ਹੈ ਨਾ। ਹਾਂਜੀ। ਛਿੰਦਰੀ ਹੋਣੀ ਜੀ? ਛਿੰਦਰੀ ਹੋਣੀ। ਹਾਂਜੀ ਹਾਂਜੀ।
ਤੇ ਮੈਂ ਉਹਨਾਂ 'ਚ ਖੇਡਦਾ ਰਿਹਾ ਪਰ ਉਹਨਾਂ ਦੀ ਟੀਮ ਜ਼ਿਆਦਾ ਵਧੀਆ ਹੋਣ ਕਰਕੇ ਮੈਨੂੰ ਚਾਂਸ ਨਹੀਂ ਮਿਲਿਆ ਉੱਧਰ ਜੀ ਕਿਉਂਕਿ ਉਹਨਾਂ ਦੀ ਟੀਮ ਬਾਜੀ ਹੁੰਦਾ ਸੀ ਸ਼ਿੰਦਰੀ ਜਾ ਪਹਿਲਾਂ ਹੀ ਵਧੀਆ ਸੀ ਹਾਂਜੀ ਅਤੇ ਫਿਰ ਮੈਂ ਸੋਚਿਆ ਵੀ ਇੱਥੇ ਤਾਂ ਖੜ੍ਹਨ ਦਾ ਫਾਇਦਾ ਨਹੀਂ ਕੋਈ ਹੈ ਨਾ ਅਤੇ ਉਹਦੇ ਨਾਲੋਂ ਤਾਂ ਫਿਰ ਅਸੀਂ ਸਾਡੇ ਪਿੰਡ ਦੀ ਟੀਮ ਵਧੀਆ ਹੁੰਦੀ ਸੀ ਯਾਨੀ ਉਸ ਟਾਈਮ ਦੇ ਵਿੱਚ ਇੱਕ ਪਿੰਡ ਦੀਆਂ ਟੀਮਾਂ ਹੀ ਵਾਲੀਆਂ ਵਧੀਆ ਹੁੰਦੀਆਂ ਸੀ ਹਾਂਜੀ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਸੀ ਫਿਰ ਅਸੀਂ ਇੱਕ ਪਿੰਡ ਆਪਣੇ ਪਿੰਡ ਦੀ ਖੇਡਦੇ ਸੀ ਸਾਡੇ ਵਧੀਆ ਸੀ ਰੇਡਰ ਮੁੰਡਾ ਕਮਲ ਹੁੰਦਾ ਸੀ ਸਾਡੇ ਪਿੰਡ ਦਾ ਜੀ ਅਸੀਂ ਦੂਰ ਨੇੜੇ ਜਾਣੀ ਜਿੱਥੇ ਵੀ ਟਰਾਈ ਕਰਨੀ ਜਾਣਾ ਹੈ ਨਾ ਕਿਤੇ ਪਹਿਲਾ ਮੈਚ ਹਾਰ ਜਾਣਾ ਕਿਤੇ ਦੂਜਾ ਕਦੇ ਸੈਮੀ ਫਾਈਨਲ ਵੀ ਹਾਰ ਜਾਣਾ ਜੀ ਹਾਂਜੀ ਬੜੀ ਖੁਸ਼ੀ ਹੁੰਦੀ ਸੀ ਜਦੋਂ ਗਾਂਹ ਦੀ ਗਾਂਹ ਜਾ ਰਹੀਆਂ ਸਟੈਪ ਬਾਏ ਸਟੈਪ ਜਾਣਾ ਹੈ ਨਾ ਹਾਂਜੀ ਅਤੇ ਇੱਦਾਂ ਸ਼ੁਰੂਆਤ ਹੌਲੀ 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 ਜੀ ਜੀ ਹਾਂਜੀ ਅੱਛਾ ਬਾਈ ਜੀ ਫਿਰ ਜਤਿੰਦਰ ਸਿੰਘ ਦੀ ਸੋਨੀ ਸੁਨੇਹ ਦੇ ਨਾਂ ਦੀ ਜਿਹੜੀ ਪਹਿਚਾਣ ਹੈ ਉਹ ਕਿਹੜੇ ਟੂਰਨਾਮੈਂਟ 'ਤੇ ਹੋਈ ਸੀ ਯਾਦ ਹੈ ਜੀ ਕੁਛ ਨਹੀਂ ਟੂਰਨਾਮੈਂਟ ਤਾਂ ਕੁਛ ਯਾਦ ਨਹੀਂ ਵੈਸੇ ਉੱਦਾਂ ਹੀ ਜੇ ਮੈਂ ਤੁਹਾਨੂੰ ਦੱਸ ਰਿਹਾ ਵੀ ਹੌਲੀ ਹੌਲੀ ਆਪਾਂ ਖੇਡ ਦੇ ਵਿੱਚ ਨਿਖਾਰ ਆਈ ਜਾਂਦਾ ਹਾਂਜੀ ਹਾਂਜੀ ਨਹੀਂ ਕਈ ਵਾਰੀ ਕੋਈ ਕੁਛ ਵੱਖਰਾ ਹੋ ਜਾਂਦਾ ਜੀ ਹਾਂਜੀ ਅਤੇ ਅਸੀਂ ਪਿੰਡ ਵਾਰ ਦੇ ਮੈਚ ਬਸ ਐਂ ਖੇਡਦੇ ਖੇਡਦੇ ਹੌਲੀ ਹੌਲੀ ਸੋਨੀ ਨਾਂ ਤੋਂ ਨਾਲ ਪਿੰਡ ਦਾ ਨਾਂ ਜੁੜ ਗਿਆ ਹੈ ਨਾ ਹਾਂਜੀ ਫਿਰ ਉਹੀ ਅੱਗੇ ਦੀ ਅੱਗੇ ਬਸ ਫਿਰ ਨਾਲ ਸੋਨੀ ਸਨੇਤ ਮਸ਼ਹੂਰ ਹੋ ਗਿਆ ਹਾਂਜੀ ਹਾਂਜੀ ਅਤੇ ਕੋਈ ਸਪੈਸ਼ਲ ਇੱਕ ਮੈਚ ਦਾ ਕੋਈ ਮੈਨੂੰ ਵੈਸੇ ਯਾਦ ਵੀ ਹੈ ਨਹੀਂ ਜਿੱਥੋਂ ਇੱਕ ਮੈਚ ਤੋਂ ਵੀ ਟਰਨ ਓਵਰ ਹੋ ਗਏ ਹੈ ਨਾ ਜੀ ਜੀ ਅਤੇ ਬਸ ਇੱਦਾਂ ਜੀ ਅਤੇ ਇਸ ਤੋਂ ਇਲਾਵਾ ਫਿਰ ਤੁਸੀਂ ਓਪਨ ਤੋਂ ਬਾਅਦ ਕਿਹੜੇ ਕਿਹੜੇ ਕਲੱਬਾਂ ਦੇ ਵਿੱਚ ਜਾਂ ਸੰਸਥਾ ਦੇ ਵਿੱਚ ਖੇਡੇ ਜੀ ਮੈਂ ਪਿੰਡ ਵਾਸ ਸੰਸਥਾ 'ਚ ਨਹੀਂ ਮੈਂ ਇੱਕ ਪਿੰਡ 'ਚ ਹੀ ਖੇਡਿਆ ਵੈਸੇ ਤਾਂ ਉਦੋਂ ਇੱਕ ਪਿੰਡ ਹੀ ਸੀ ਇੱਕ ਪਲੇਅਰ ਬਾਹਰੋਂ ਹੁੰਦਾ ਸੀ ਅਤੇ ਉਸ ਤੋਂ ਬਾਅਦ ਸਿੱਧਾ ਮੈਂ ਉੱਥੇ ਗਏ ਹਾਂ ਜੀ ਬੌਂਦਰੀ ਕਾਲ ਸਮਰਾਲੇ ਜੀ ਐਡਮਿਸ਼ਨ ਹੁੰਦੀ ਨਹੀਂ ਸੀਗੀ ਪਹਿਲਾਂ ਸਪੋਰਟਸ ਕੋਟੇ ਦੇ ਵਿੱਚ ਹੈ ਨਾ ਹਾਂਜੀ ਅਤੇ ਉਦੋਂ ਉੱਥੇ ਮੈਂ ਕਿਹਾ ਵੀ ਜੇ ਲੈਣੀ ਹੈ ਤਾਂ ਸਪੋਰਟਸ ਕੋਟੇ 'ਚ ਹੀ ਲੈਣੀ ਐਡਮਿਸ਼ਨ ਹੈ ਨਾ ਹਾਂਜੀ ਵੀ ਕਬੱਡੀ 'ਚ ਹੀ ਲੈਣੀ ਹੈ ਹਾਂਜੀ ਅਤੇ ਫਿਰ ਸਾਡੇ ਢਿਲਵਾਂ ਦਾ ਭੂਰਾ ਤੁਸੀਂ ਦੇਖਿਆ ਹੋਣਾ ਹਾਂਜੀ ਹਾਂਜੀ 40 ਸਾਲਾਂ ਦੇ ਵਿੱਚ ਬਹੁਤ ਵਧੀਆ ਰੇਡਰ ਸੀਗਾ ਹਾਂਜੀ ਹਾਂਜੀ 40 ਸਾਲਾਂ 'ਚ ਵੀ ਤਾਂ ਪਹਿਲਾਂ ਪਿੰਡ ਵਾਰ 'ਚ ਬਹੁਤ ਹਾਂਜੀ 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 ਅਤੇ ਉਹਦਾ ਬਹੁਤ ਵੱਡਾ ਸਹਿਯੋਗ ਰਿਹਾ ਮੇਰੇ ਲਈ ਜੀ ਹਾਂਜੀ ਉਹਨਾਂ ਨੇ ਫਿਰ ਕੋਚ ਸਾਹਿਬ ਦੇਵੀ ਦਿਆਲ ਜੀ ਨਾਲ ਗੱਲ ਕੀਤੀ ਜੀ ਅਤੇ ਵੀ ਐਡਮਿਸ਼ਨ ਕਰਵਾਉਣੀ ਹੈ ਮੁੰਡੇ ਦੀ ਹੈ ਨਾ ਹਾਂਜੀ ਅਤੇ ਉੱਥੇ ਉਹਨਾਂ ਨੇ ਕੋਚ ਸਾਹਿਬ ਦੇਵੀ ਦਿਆਲ ਨੂੰ ਮੈਂ ਪਹਿਲੀ ਵਾਰੀ ਮਿਲਿਆ ਸੀ ਜੀ ਉਦੋਂ ਜੀ ਅਤੇ ਉਹਨਾਂ ਨੇ ਮੇਰੀ ਐਡਮਿਸ਼ਨ ਕਰਵਾਈ ਸੀ ਬੌਂਦਰੀ ਕਾਲਜ ਜੀ ਅਤੇ ਕੋਚ ਸਾਹਿਬ ਕਹਿੰਦੇ ਵੀ ਇੱਥੇ ਵੀ ਆਇਆ ਕਰੋ ਸਾਡੇ ਕੋਲ ਜੀ ਕੁੱਬੇ ਹਾਂਜੀ ਬਸ ਫਿਰ ਉਹਨਾਂ ਨਾਲ ਜਾਣ ਪਛਾਣ ਹੋ ਗਈ ਜੀ ਅਤੇ ਹੌਲੀ ਹੌਲੀ ਫਿਰ ਉਹਨਾਂ ਕੋਲ ਵੀ ਜਾਣ ਲੱਗ ਗਏ ਅਸੀਂ ਜੀ ਤੁਸੀਂ ਦੇਖ ਲਓ ਵੀ ਅਸੀਂ ਮੈਂ ਸਰਬੀ ਸਰਬੀ ਦਾ ਪਿੰਡ ਮੇਰੇ ਨਾਲ ਹੀ ਆ ਠੀਕ ਹੈ ਕੋਲੇ ਕੋਲੇ ਆ ਅਸੀਂ ਸਕੂਟਰ 'ਤੇ ਸਵੇਰੇ ਜਾਂਦੇ ਹੁੰਦੇ ਸੀਗੇ ਜੀ ਕੁੱਬੇ ਸਾਡੇ ਮਤਲਬ ਸਾਡੇ ਪਿੰਡ ਤੋਂ 35-40 ਕਿਲੋਮੀਟਰ ਆ ਰੋਜ਼ ਹਫ਼ਤੇ 'ਚ 3 ਦਿਨ ਜਾਂਦੇ ਹੁੰਦੇ ਸੀ ਅਸੀਂ ਪ੍ਰੈਕਟਿਸ ਕਰਨੀ ਉੱਥੇ ਅਤੇ ਉੱਥੇ ਨਹਾ ਨਹੂ ਕੇ ਬਾਅਦ 'ਚੋਂ ਵਾਪਸ ਪਿੰਡ ਨੂੰ ਆ ਜਾਣਾ ਅਤੇ ਉੱਥੇ ਲਾਲੀ ਜਿਹੜਾ ਚਾ ਬਲਜਿੰਦਰ ਨੀਲੋ ਹੋਣੀ ਅਤੇ ਗਾਮਾ ਨੱਤਾਂ ਵਾਲਾ ਗੋਗੀ ਜਰਗੜੀ ਅਸੀਂ ਫਿਰ ਇੱਕ ਦਿਨ ਹਫ਼ਤੇ 'ਚ 3 ਦਿਨ ਗੇਮ ਲਾਉਂਦੇ ਹੁੰਦੇ ਸੀ ਜੀ ਇਹ ਹਰੇਕ ਹਫ਼ਤੇ ਅਸੀਂ ਉੱਥੇ ਇਕੱਠੇ ਹੁੰਦੇ ਸੀ ਅਤੇ ਹੌਲੀ ਹੌਲੀ ਫਿਰ ਅਸੀਂ ਜਿੱਦਾਂ ਵੀ ਅਸਲ 'ਚ ਤਾਂ ਮੈਂ ਸਮਝਦਾ ਵੀ ਕਬੱਡੀ ਦੇ ਵਿੱਚ ਕਬੱਡੀ ਖੇਡਣ ਨਾਲ ਜ਼ਿਆਦਾ ਆਉਂਦੀ ਆ ਹਾਂਜੀ ਕਬੱਡੀ ਖੇਡਣੀ ਹੁਣ ਅਸੀਂ ਇੱਥੇ ਪਿੰਡ ਦੇ ਵਿੱਚ ਵੀ ਸ਼ਾਮ ਨੂੰ ਹਰ ਰੋਜ਼ ਗੇਮ ਲਾਉਂਦੇ ਸੀ ਤਕਰੀਬਨ ਸਾਰੇ ਪਿੰਡਾਂ 'ਚ ਐਵੇਂ ਹੀ ਕਰਦੇ ਸੀ ਹਾਂਜੀ ਹਾਂਜੀ ਸਾਰੇ ਪਿੰਡਾਂ ਦੇ ਮੁੰਡੇ ਸ਼ਾਮ ਨੂੰ ਗੇਮ ਲਾਉਂਦੇ ਹੀ ਹੁੰਦੇ ਸੀ ਹਾਂਜੀ ਅਤੇ ਕਬੱਡੀ ਖੇਡਣ ਨਾਲ ਕਬੱਡੀ ਆਉਂਦੀ ਆ ਜੇ ਆਪਾਂ ਕਹੀਏ ਵੀ ਜਿੰਮ ਲਾ ਲਈਏ ਜਾਂ ਸਿੱਧੀ ਕਿਸੇ ਅਕੈਡਮੀ ਦੇ ਵਿੱਚ ਐਂਟਰੀ ਕਰ ਲਈਏ ਹੈ ਨਾ ਉਹਦੇ ਨਾਲ ਕਬੱਡੀ ਸਿੱਖ ਟਾਈਮ ਲੱਗਦਾ ਬਿਲਕੁਲ ਹਾਂਜੀ ਜੇ ਕੋਈ ਨਿਖਾਰ ਆਉਣਾ ਤਾਂ ਉਹ ਤਾਂ ਤੁਹਾਨੂੰ ਖੇਡ ਕੇ ਪ੍ਰੈਕਟੀਕਲ ਕਰਨਾ ਹੀ ਪੈਣਾ ਜੀ ਬਿਲਕੁਲ ਜੀ ਖੇਡ ਕੇ ਆਉਣੀ ਆ ਹਾਂਜੀ ਫੇਰ ਹੀ ਬਣਨੀ ਗੱਲ ਅੱਛਾ ਕੋਚ ਸਾਹਿਬ ਕਿੰਨਾ ਟਾਈਮ ਪ੍ਰੈਕਟਿਸ ਕਰਵਾਉਂਦੇ ਤੁਹਾਡੀ ਕੋਚ ਸਾਹਿਬ ਕਰਵਾਉਂਦੇ ਹੁੰਦੇ ਸੀਗੇ ਜੀ
ਦੋ ਢਾਈ ਘੰਟੇ ਤਾਂ ਸਵੇਰੇ ਕਰਾਉਣੇ ਕਰਾਉਣੇ ਜੀ ਉਹਨਾਂ ਨੇ ਜੀ। ਹਾਂਜੀ ਸਵੇਰੇ ਜਾਂਦੇ ਹੁੰਦੇ ਸੀ ਅਸੀਂ, ਕਿਉਂਕਿ ਸ਼ਾਮ ਨੂੰ ਸਾਨੂੰ ਜਾਣਾ ਫਿਰ ਇੱਥੋਂ ਔਖਾ ਵੀ ਹੁੰਦਾ ਸੀ ਜੀ। ਕੀ ਕਰਾਉਂਦੇ ਸੀ ਅਤੇ ਕਿਸ ਤਰ੍ਹਾਂ ਦੀ ਹੁੰਦੀ ਤੁਹਾਡੀ? ਉਹਨਾਂ ਦੀ ਪ੍ਰੈਕਟਿਸ ਜੀ ਬਹੁਤ ਜ਼ਿਆਦਾ ਵਧੀਆ ਸੀ, ਉਹ ਜਿੰਨਾ ਟਾਈਮ ਅਸੀਂ ਪ੍ਰੈਕਟਿਸ ਕਰਨੀ ਉਹਨਾਂ ਟਾਈਮ ਉਹਨਾਂ ਨੇ ਨਾਲ ਕਰਨੀ ਜੀ। ਵਾਹ ਜੀ ਵਾਹ, ਉਹਨਾਂ ਨੇ ਉਹਨਾਂ ਟਾਈਮ ਨਾਲ ਗਰਾਊਂਡ ਦੇ ਵਿੱਚ ਰਹਿਣਾ। ਹਾਂਜੀ, ਅਤੇ ਤੁਸੀਂ ਲਾ ਲਓ ਸਾਹਿਬ ਵੀ ਦੇਖ ਲਓ, ਦੋ ਢਾਈ ਘੰਟੇ ਉਹਨਾਂ ਨੇ ਸਾਨੂੰ ਪ੍ਰੈਕਟਿਸ ਕਰਵਾਉਣੀ, ਇੰਨੀ ਹਾਰਡ ਕਰਵਾਉਣੀ ਅਤੇ ਬਿਲਕੁਲ ਵੀ ਫੀਲ ਨਹੀਂ ਸੀ ਹੁਣ ਦਿੰਦੇ ਜੀ। ਮੈਂ ਕਬੱਡੀ ਦੇ ਵਿੱਚ ਮੈਂ ਕਹਿੰਦਾ ਵੀ ਮੈਂ ਹੋਰ ਕੋਚ ਸਾਹਿਬ ਇੰਨਾ ਐਕਸਪੀਰੀਅੰਸ, ਇੰਨਾ ਵਧੀਆ ਕੋਚ ਮੈਂ ਨਹੀਂ ਜਾਂ ਮੰਨਦਾ ਵੀ ਕਿਸੇ ਹੋਰ ਨੂੰ ਹੋ ਸਕਦਾ ਹੈਗੇ। ਕੋਚ ਸਾਹਿਬ ਹੋਰ ਵੀ ਵਧੀਆ ਨੇ ਕਬੱਡੀ ਦੇ ਵਿੱਚ, ਪਰ ਸ਼੍ਰੀ ਦੇਵੀ ਦਿਆਲ ਜੀ ਤਾਂ ਜ਼ਿਆਦਾ ਵਧੀਆ ਸੀ, ਪਲੇਅਰ ਵੀ ਅਤੇ ਕੋਚ ਵੀ। ਕੋਚ ਵੀ ਅਤੇ ਕਦੇ ਉਹਨਾਂ ਨੇ ਐਵਰੀ ਡੇ ਉਹਨਾਂ ਦੀ ਚੇਂਜਸ ਹੁੰਦੀ ਸੀ, ਕਦੇ ਕ੍ਰੋਸ ਕੰਟਰੀ, ਕਦੇ ਗੇਮ ਲਵਾਉਣੀ, ਕਦੇ ਉਹਨਾਂ ਨੇ ਸਪੀਡ ਵਰਕ ਕਰਵਾਉਣਾ, ਕਦੇ ਉਹਨਾਂ ਨੇ ਜ਼ੋਰ ਵਾਲੀ ਚੀਜ਼ ਕਰਵਾਉਣੀ ਹੈ। ਹਾਂਜੀ ਹਾਂਜੀ, ਬਾਕੀ ਉਹ ਜਗ੍ਹਾ ਹੀ ਇੰਨੀ ਵਧੀਆ ਜੀ, ਨਹਿਰ ਦੇ ਉੱਤੇ ਹੈ ਨਾ, ਲੋਕੇਸ਼ਨ ਇੰਨੀ ਵਧੀਆ ਕਿਨਾਰਾ ਜੀ। ਜਿਹਦੇ ਨੇ ਅਸੀਂ ਕ੍ਰੋਸ ਕੰਟਰੀ ਲਾਉਣ ਜਾਂਦੇ ਹੁੰਦੇ ਸੀਗੇ ਜੀ, ਅਸੀਂ ਦੇਖ ਲਓ ਵੀ ਨੀਲੋਂ ਵਾਲੀ ਨਹਿਰ ਆ ਜਿਹੜੀ, ਨਹਿਰ ਦੀ ਜਿਹੜੀ ਦੂਸਰੀ ਸਾਈਡ ਆ ਉਹਨੂੰ ਕੱਚੀ ਆ ਸਾਰੀ। ਹਾਂਜੀ, ਸਾਨੂੰ ਉੱਥੇ ਲੈ ਕੇ ਜਾਣਾ ਉਹਨਾਂ ਨੇ ਕ੍ਰੋਸ ਕੰਟਰੀ 'ਤੇ। ਹਾਂਜੀ, ਇੱਕ ਸਾਈਡ ਦੀ ਹੁੰਦੀ ਸੀ, ਚਾਰ ਪੰਜ ਘੰਟੇ, ਚਾਰ ਪੰਜ ਛੇ ਕਿਲੋਮੀਟਰ ਦੀ ਹੋਣੀ ਆ। ਹਾਂਜੀ, ਉੱਥੇ ਅੱਗੇ ਜਾ ਕੇ ਨਾ ਇੱਕ ਨਾਮਧਾਰੀਆਂ ਦਾ ਕੋਈ ਡੇਰਾ ਸੀਗਾ ਜੀ। ਜਦੋਂ ਅਸੀਂ ਇੱਧਰੋਂ ਜਾਣਾ ਅਤੇ ਉਹਨਾਂ ਨੂੰ ਇੱਕ ਦਿਨ ਹੁੰਦਾ ਸੀ, ਆਈ ਥਿੰਕ ਮੈਨੂੰ ਲੱਗਦਾ ਥਰਸਡੇ ਹੁੰਦਾ ਸੀਗਾ ਵੀਕ 'ਚ ਕ੍ਰੋਸ ਕੰਟਰੀ ਦਾ। ਹਾਂਜੀ, ਉਹਨਾਂ ਨੂੰ ਪਤਾ ਹੁੰਦਾ ਸੀ ਮੁੰਡਿਆਂ ਨੇ ਆਉਣਾ, ਉਹਨਾਂ ਨੇ ਬਦਾਮ ਵਗੈਰਾ ਰਗੜ ਕੇ ਰੱਖਣੇ ਉੱਥੇ, ਹੈ ਨਾ ਜੀ, ਵੀ ਅੱਜ ਮੁੰਡਿਆਂ ਨੇ ਆਉਣਾ ਅਤੇ ਉੱਥੇ ਅਸੀਂ ਬਦਾਮ ਬਦੂਮ ਪੀਣੇ, ਡੰਡ ਡੁੰਡ ਲਾਉਣੇ, ਫਿਰ 6 ਕਿਲੋਮੀਟਰ ਵਾਪਸ ਨੀਲੋਂ ਦੇ ਪੁਲ 'ਤੇ। ਹਾਂਜੀ, ਅਤੇ ਉਹ ਲੋਕੇਸ਼ਨ ਬਹੁਤ ਵਧੀਆ ਸੀਗੀ ਜੀ, ਉੱਥੇ ਤਾਂ ਬੰਦਾ ਚਲੋ ਉੱਦਾਂ ਹੀ ਗੇੜਾ ਗੁੜਾ ਕੱਢਿਆ ਹੋਇਆ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਰੂਹ ਖੁਸ਼ ਹੋ ਜਾਂਦੀ ਹੈ। ਹਾਂਜੀ ਹਾਂਜੀ, ਬੰਦਾ ਰਿਲੈਕਸ ਹੋ ਜਾਂਦਾ। ਹਾਂਜੀ ਹਾਂਜੀ ਹਾਂਜੀ, ਪੂਰੀ। ਅੱਛਾ, ਇਹ ਤੋਂ ਇਲਾਵਾ ਫਿਰ ਖੁਰਾਕ ਦਾ ਕੀ ਸ਼ਡਿਊਲ ਹੁੰਦਾ ਜੀ ਕੋਚ ਸਾਹਿਬ ਦਾ ਜੀ? ਹਾਂ, ਖੁਰਾਕ ਦਾ ਸਾਡੀ ਉਹ ਖੁਰਾਕ ਤਾਂ ਵੈਸੇ ਆਪਣੀ ਆਪਣੀ ਸੀ ਘਰੇ ਆ ਕੇ। ਹਾਂਜੀ, ਉੱਥੇ ਕਿਉਂਕਿ ਜਿਹੜੇ ਮੁੰਡੇ ਰਹਿੰਦੇ ਸੀ ਉਹਨਾਂ ਦੀ ਖੁਰਾਕ ਕੋਚ ਸਾਹਿਬ ਵੱਲੋਂ ਹੁੰਦੀ ਸੀ, ਅਸੀਂ ਰਹਿੰਦੇ ਨਹੀਂ ਨਾ ਹੁਣ ਸੀਗੇ, ਅਸੀਂ ਤਾਂ ਫਿਰ ਵਾਪਸ ਆ ਜਾਂਦੇ ਸੀ। ਹਾਂਜੀ ਹਾਂਜੀ, ਘਰੇ ਆ ਕੇ ਦੁੱਧ ਘਿਓ ਬਦਾਮ ਬਦੂਮ ਪੀ ਲੈਣੇ ਆਪ ਹੀ ਆ ਕੇ, ਹੈ ਨਾ। ਹਾਂਜੀ, ਮੈਂ ਮੰਮੀ ਨੇ ਮੇਰੀ ਨਾਲ ਰਗੜ ਕੇ ਰੱਖਣੇ ਮੇਰੇ ਆਉਂਦੇ ਨੂੰ ਬਦਾਮ। ਹਾਂਜੀ ਹਾਂਜੀ, ਪਰਿਵਾਰ ਦਾ ਵਧੀਆ ਸਹਿਯੋਗ ਰਿਹਾ, ਹੈ ਨਾ ਜੀ ਜੀ। ਬ੍ਰਦਰ ਨੇ ਮੇਰੇ ਨੇ ਨਾਲ ਜਾਣਾ ਖੇਡਣ ਦੇਖਣ। ਹਾਂਜੀ, ਅਤੇ ਬਹੁਤ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ, ਪਰਿਵਾਰ ਤੋਂ ਬਿਨਾਂ ਤੁਸੀਂ ਕੋਈ ਵੀ ਚੀਜ਼ ਕਰ ਨਹੀਂ ਸਕਦੇ। ਬਿਲਕੁਲ ਜੀ, ਨਹੀਂ ਕਰ ਸਕਦੇ। ਮੇਰੇ ਬ੍ਰਦਰ ਨੇ ਜਦੋਂ ਅਸੀਂ ਪਿੰਡ ਦੇ ਵਿੱਚ ਮਿਹਨਤ ਕਰਦੇ ਹੁੰਦੇ ਸੀਗੇ ਸਵੇਰ ਨੂੰ, ਮੈਂ ਜ਼ਿਆਦਾ ਸਵੇਰੇ ਕਰਕੇ ਰਾਜੀ ਹਾਂ। ਹਾਂਜੀ, ਸਵੇਰ ਨੂੰ ਜਾਣਾ, ਸਵੇਰ ਨੂੰ ਮੁੰਡੇ ਘੱਟ ਹੁੰਦੇ, ਬਾਅਦ 'ਚੋਂ ਘੱਟ ਗਏ ਸੀਗੇ ਹੁਣ, ਉਹਨੇ ਨਾਲ ਜਾਣਾ ਮੇਰੇ ਜੀ, ਉਹਨੇ ਨਾਲ ਜਾਣਾ। ਹਾਂਜੀ, ਅਤੇ ਜਿੰਨਾ ਟਾਈਮ ਮੈਂ ਕਰਨੀ ਉਨਾ ਟਾਈਮ ਉਹਨੇ ਨਾਲ ਵੀ ਕਰਨੀ, ਕਈ ਵਾਰੀ ਬੈਠੇ ਵੀ ਰਹਿਣਾ ਉੱਥੇ, ਹੈ ਨਾ। ਹਾਂਜੀ ਹਾਂਜੀ, ਅਤੇ ਪੂਰਾ ਜਿੰਨਾ ਟਾਈਮ ਕਰਾਉਣਾ ਨਾਲ ਜਾ ਕੇ ਕਰਾਉਣਾ, ਪੂਰਾ ਸਪੋਰਟ ਰਹੀ ਹੈ ਤੁਹਾਨੂੰ? ਹਾਂਜੀ, ਪੂਰੀ ਬਹੁਤ ਜ਼ਿਆਦਾ। ਅੱਛਾ, ਕੋਚ ਸਾਹਿਬ ਦੇਵੀ ਦਿਆਲ ਜੀ ਦੀ ਅਕੈਡਮੀ ਦੇ ਵਿੱਚ ਕਿੰਨਾ ਟਾਈਮ ਖੇਡਿਆ ਜੀ ਤੁਸੀਂ? ਮੈਂ ਖੇਡਿਆ ਜੀ ਸਟਾਰਟਿੰਗ ਜਿਵੇਂ ਹੁਣ ਪਿੰਡ ਲੈਵਲ ਤੋਂ ਹੋ ਗਈ, ਉਸ ਤੋਂ ਬਾਅਦ ਜਿਹੜੀ ਅਕੈਡਮੀ ਦੀ ਸਟਾਰਟਿੰਗ ਹੋਈ ਆ ਉਹ ਉੱਥੋਂ ਹੀ ਹੋਈ ਆ ਜੀ, ਅਤੇ ਮੈਨੂੰ ਲੱਗਦਾ ਸਾਡੀ ਪਹਿਲੀ ਅਕੈਡਮੀ ਸੀਗੀ ਜੀ ਜਿਹੜੀ, ਪਹਿਲਾਂ ਕਿਉਂਕਿ ਟੀਮਾਂ ਹੁੰਦੀਆਂ ਸੀ ਆਲ ਓਪਨ ਦੀਆਂ, ਪੈਪਸੂ ਹੋ ਗਈ, ਬਿਜਲੀ ਬੋਰਡ ਹੋ ਗਈ, ਹਾਂਜੀ, ਅਤੇ ਹਰਜੀਤ ਹੋਣਾ ਦੀ ਹੁੰਦੀ ਸੀ, ਹਰਜੀਤ ਫਰੀਦਕੋਟ ਪੈਪਸੂ ਵੀ ਸੀਗੀ, ਉਹ ਫਰੀਦਕੋਟ ਵੀ ਸੀਗੀ। ਹਾਂਜੀ ਹਾਂਜੀ, ਅਤੇ ਗੁਰਦਾਸਪੁਰ ਸੀ, ਕਪੂਰਥਲਾ ਸੀ। ਹਾਂਜੀ, ਅਤੇ ਸਾਡੀ ਪਹਿਲੀ ਟੀਮ ਸੀ ਜਿਹੜੀ ਅਕੈਡਮੀ ਜਿਹੜੀ ਸਾਡੀ ਸਟਾਰਟਿੰਗ ਹੋਈ ਸੀ, ਪਹਿਲਾਂ ਮਾਲਵਾ ਕਲੱਬ ਸੀ ਨਾਂ ਉਹਦਾ। ਹਾਂਜੀ, ਮੈਨੂੰ ਲੱਗਦਾ ਅਸੀਂ 96 'ਚ ਹੋ ਗਈ ਸੀ ਸਟਾਰਟਿੰਗ। ਹਾਂਜੀ, ਉੱਥੋਂ 96 'ਚ। ਹਾਂਜੀ ਜੀ, ਅਤੇ ਫਿਰ ਹੌਲੀ ਹੌਲੀ ਕਿਉਂਕਿ ਸਾਡੀ ਨਵੀਂ ਟੀਮ ਸੀ, ਸਾਰੇ ਨਵੇਂ ਮੁੰਡੇ ਸੀ। ਹਾਂਜੀ, ਬਾਕੀ ਟੀਮਾਂ ਪੁਰਾਣੀਆਂ ਸੀਗੀਆਂ, ਨਾਮੀ ਬੰਦੇ ਸੀ। ਹਾਂਜੀ ਹਾਂਜੀ, ਅਸੀਂ ਜੇ ਮੈਚ ਵੀ ਖੇਡਦੇ ਸੀ ਨਾਲ ਉਹਨਾਂ ਨਾਲ, ਮੈਚ ਵਧੀਆ ਟਫ ਫਾਈਟ ਦਿੰਦੇ ਸੀ। ਹਾਂਜੀ,
ਲੋਕ ਪਸੰਦ ਬਹੁਤ ਕਰਦੇ ਸੀ। ਹਾਂਜੀ ਹੈ ਨਾ, ਬੜਾ ਵਧੀਆ ਪਿਆਰ ਮਿਲਿਆ ਲੋਕਾਂ ਦਾ, ਨਵੀਂ ਟੀਮ ਸੀਗੀ, ਨਵੇਂ ਮੁੰਡੇ ਸੀ ਸਾਰੇ। ਬਿਲਕੁਲ ਜੀ ਬਿਲਕੁਲ। ਅਤੇ ਉਸ ਤੋਂ ਬਾਅਦ ਅਕੈਡਮੀਆਂ ਹੋਰ ਵੀ ਫਿਰ ਸਟਾਰਟਿੰਗ, ਮੈਂ ਕਹਿੰਦਾ ਮੰਨਦਾ ਵੀ ਮਾਲਵਾ ਕਾਲ ਸਾਡੀ ਜਿਹੜੀ ਮਾਲਵਾ ਕਲੱਬ ਸੀਗੀ, ਹਾਂਜੀ ਪਹਿਲੀ ਸਾਡੀ ਅਕੈਡਮੀ ਸੀ ਜੀ। ਉਸ ਤੋਂ ਬਾਅਦ ਅਕੈਡਮੀਆਂ ਹੁਣ ਬਣ ਗਈਆਂ, ਹੁਣ ਤਾਂ ਚਲੋ ਵੈਸੇ ਬਹੁਤ ਬਣ ਗਈਆਂ, ਬਹੁਤ ਹੋ ਗਈਆਂ। ਬਿਲਕੁਲ ਹਾਂਜੀ ਬਿਲਕੁਲ ਬਾਈ, ਉਦੋਂ 4-5 ਟੀਮਾਂ ਸੀਗੀਆਂ। ਹਾਂਜੀ ਹਾਂਜੀ। ਅੱਛਾ ਬਾਈ ਜੀ, ਫਿਰ ਤੁਸੀਂ ਦੇਵੀ ਦਿਆਲ ਜੀ ਤੋਂ ਇਲਾਵਾ ਹੋਰ ਕਲੱਬ ਦੇ ਵਿੱਚ ਵੀ ਖੇਡੇ ਹੋ ਇਸ 'ਚ? ਹਾਂ, ਮੈਂ ਇੱਥੇ ਖੇਡਿਆ ਜੀ, ਉਦੋਂ ਬਾਅਦ ਬਿਜਲੀ ਬੋਰਡ 'ਚ ਜੀ। ਜੀ ਹਾਂਜੀ, ਮਤਲਬ 2002 ਦੀ ਗੱਲ ਹੋਣੀ ਆ, ਉਦੋਂ ਬਿਜਲੀ ਬੋਰਡ 'ਚ ਸਟਾਰਟਿੰਗ ਉੱਧਰੋਂ ਕਰ ਲਿਆ ਸੀਗਾ ਜੀ। ਹਾਂਜੀ। ਅਤੇ ਹੋਰ ਕੋਈ ਜਿਵੇਂ ਮਾਝੇ ਮਾਲਵੇ ਦੇ, ਮਾਝੇ ਦੁਆਬੇ ਦੇ ਜਾਂ ਇੱਦਾਂ ਦੇ ਸ਼ੋਅ ਮੈਚ ਚੱਲਦੇ ਆ ਜੀ? ਹਾਂਜੀ, ਉਹ ਸ਼ੋਅ ਮੈਚ ਹੁੰਦੇ ਰਹੇ ਮਾਲਵੇ ਦਾ, ਜਿਵੇਂ ਉਦੋਂ ਸ਼ੋਅ ਮੈਚ ਹੀ ਹੁੰਦੇ ਸੀ ਜ਼ਿਆਦਾ। ਹਾਂਜੀ, ਜ਼ਿਆਦਾ ਹੁੰਦੇ ਸੀ ਸ਼ੋਅ ਮੈਚ ਹੁੰਦੇ ਸੀ, ਸ਼ਾਮ ਨੂੰ ਇੱਕ ਮੈਚ ਹੋਣਾ ਅਤੇ ਉਸ ਤੋਂ ਬਾਅਦ ਅਕੈਡਮੀ ਵਾਲਾ ਰੁਝਾਨ ਸ਼ੁਰੂ ਹੋਇਆ। ਹਾਂਜੀ, ਉਸ ਤੋਂ ਬਾਅਦ 4-5 ਟੀਮਾਂ ਸੱਦ ਲੈਂਦੇ ਸੀ, ਹੁਣ ਤਾਂ ਚਲੋ ਟੀਮਾਂ ਹੀ ਜ਼ਿਆਦਾ ਹੋ ਗਈਆਂ ਨਾ। ਹਾਂਜੀ, ਤੁਸੀਂ ਖੇਡੇ ਹੋ ਸ਼ੋਅ ਮੈਚ? ਹਾਂਜੀ ਖੇਡਿਆ ਮੈਂ ਸ਼ੋਅ ਮੈਚ ਜੀ, ਮੈਂ ਸ਼ੋਅ ਮੈਚ ਖੇਡਿਆ। ਸਭ ਤੋਂ ਪਹਿਲਾਂ ਮੈਂ ਸ਼ੋਅ ਮੈਚ ਖੇਡਿਆ ਸੀਗਾ ਮਲੌਦ ਰੋੜੀਆਂ ਖੇਡਿਆ ਸੀ, ਟੀਮ ਸੀਗੀ ਬਿਜਲੀ ਬੋਰਡ ਦਾ ਮੈਚ ਸੀਗਾ ਜੀ, ਸੀਗਾ ਮੈਨੂੰ ਲੱਗਦਾ ਮੈਚ ਦੂਜਾ, ਇੰਦਰਜੀਤ ਨੇ ਟੀਮ ਬਣਾਈ ਸੀ ਫੁੱਲਾਂ ਵਾਲੀਆਂ ਨੇ ਜੀ, ਦੂਜੀ ਟੀਮ ਇਹਨੇ ਬਣਾਈ ਸੀ, ਅਸੀਂ ਪਿੰਡਾਂ ਦੇ ਮੈਚ ਖੇਡਣ ਗਏ ਸੀਗੇ ਅਤੇ ਪਹਿਲਾ ਮੈਚ ਮੈਂ ਉੱਥੇ ਖੇਡਿਆ ਸੀ ਜੀ। ਹਾਂਜੀ, ਸ਼ੋਅ ਮੈਚ ਜਾਂ ਇੱਕ ਵਾਰੀ ਇੱਥੇ ਸੀਗਾ ਜੀ, ਆਪਣੇ 3K ਸੀਗਾ, ਹਾਂਜੀ ਟੂਰਨਾਮੈਂਟ ਪਿੰਡ ਵਾਰ ਦਾ ਅਤੇ ਫੁੱਲਾਂ ਵਾਲ ਦਾ ਸੀਗਾ, ਤੀਜਾ ਸਾਲ ਸੀ ਜੀ ਸਾਡੀ, ਸਾਡਾ ਮੈਚ ਸੀਗਾ ਕੋਰਡ ਨਾਲ ਸੀ ਜੀ, ਫੌਜੀ ਹੁਣਾਂ ਨਾਲ ਹੈ ਨਾ। ਹਾਂਜੀ, ਅਤੇ ਪਿੰਡ ਵਾਰ ਦਾ, ਇਹਨਾਂ 'ਚ ਗੋਗੀ ਖੇਡਦਾ ਸੀ ਜਰਗੜੀ ਵਾਲਾ। ਹਾਂਜੀ, ਅਤੇ ਅਸੀਂ ਪਿੰਡ ਵਾਰ ਦੀ, ਸਾਡੀ ਟੀਮ ਸੀਗੀ ਪਿੰਡ ਦੀ ਸੀਗੀ ਸਾਡੇ ਤਾਂ, ਸਾਡੇ 'ਚ ਇੱਕ ਮੋਠਾ ਖੇਡਦਾ ਸੀ ਲੜਤੋਂ ਵਾਲਾ ਜੀ। ਹਾਂਜੀ, ਅਤੇ ਅਸੀਂ ਮੈਚ ਬਹੁਤ ਵਧੀਆ ਫਸਾ ਲਿਆ ਸੀ ਇਹਨਾਂ ਨਾਲ, ਹਰਜੀਤ ਹੁਣਾਂ ਦਾ ਸ਼ੋਅ ਮੈਚ ਸੀਗਾ, ਹਰਜੀਤ ਨੇ ਪਿੱਛੇ ਬਹਿ ਕੇ ਮੈਚ ਦੇਖਿਆ ਸਾਡਾ ਜੀ, ਅਤੇ ਸਾਡਾ ਮੈਚ ਅਸੀਂ ਹਾਫ ਟਾਈਮ 'ਚ ਸਾਡੀ ਟੀਮ ਜਿੱਤਦੀ ਸੀ। ਹਾਂਜੀ, ਇਹਨਾਂ ਨੂੰ ਫੌਜੀ ਉਹਨਾਂ ਨੂੰ। ਹਾਂਜੀ ਹਾਂਜੀ, ਅਤੇ ਉਸ ਤੋਂ ਬਾਅਦ ਹਰਜੀਤ ਨੇ ਮੈਚ ਦੇਖਿਆ, ਅਸੀਂ ਮੈਚ ਵਧੀਆ ਖੇਡਿਆ, ਮੈਂ ਫੜੇ ਗੋਗੀ ਉਹਨਾਂ ਨੂੰ, ਦਿਲਵਰ ਸੀਗਾ ਨਾਲ ਹੈ ਨਾ। ਹਾਂਜੀ, ਉਹਨਾਂ ਨੂੰ, ਅਤੇ ਹਰਜੀਤ ਨੇ ਫਿਰ ਮੈਨੂੰ ਕਿਹਾ ਸੀ, ਕਹਿੰਦਾ ਵੀ ਤੂੰ ਸ਼ੋਅ ਮੈਚ ਖੇਡੀ ਸਾਡੇ ਨਾਲ ਜੀ, ਸ਼ੋਅ ਇਹਨਾਂ ਦਾ ਸ਼ੋਅ ਮੈਚ ਸੀ ਬਿਜਲੀ ਬੋੜਨਾ ਜੀ। ਹਾਂਜੀ, ਫਿਰ ਮੈਂ ਉੱਥੇ ਖੇਡਿਆ। ਹਰਜੀਤ ਨਵੇਂ ਮੁੰਡਿਆਂ ਨੂੰ ਚਾਂਸ ਬਹੁਤ ਦਿੰਦਾ ਸੀ ਜੀ, ਬਿਲਕੁਲ, ਕਿਉਂਕਿ ਹੁਣ ਜਿਵੇਂ ਹੁਣ ਚਲੋ ਸਾਡੇ, ਮੇਰਾ ਪਿੰਡ ਵੀ ਨੇੜੇ ਸੀ। ਹਾਂਜੀ, ਚਲੋ ਮੈਚ ਖੇਡਿਆ, ਦੇਖਿਆ ਬੈਠ ਕੇ, ਨਹੀਂ ਕਿਹੜਾ ਦੇਖਦਾ ਜੀ ਹੈ ਨਾ, ਪਲੇਅਰ ਕੋਈ ਕਿਸੇ, ਮੈਨੂੰ ਲੱਗਦਾ ਨਹੀਂ ਕੋਈ ਮੈਚ ਦੇਖਦਾ, ਬਿਲਕੁਲ ਸਪੈਸ਼ਲ ਉਹਨੇ ਮੈਨੂੰ ਯਾਦ ਆ ਵੀ ਸਾਡੇ ਪਿੱਛੇ ਬੈਠਾ ਸੀਗਾ, ਸਾਡਾ ਬੀ ਗਰਾਊਂਡ 'ਚ ਮੈਚ ਸੀਗਾ। ਹਾਂਜੀ, ਅਤੇ ਸਾਡੇ ਪਿੱਛੇ ਬਹਿ ਕੇ ਮੈਚ ਦੇਖਿਆ, ਜਦੋਂ ਐਡਾ ਬੰਦਾ ਪਲੇਅਰ ਬੈਠਾ ਹੋਵੇ ਤੁਹਾਡੇ ਪਿੱਛੇ, ਤੁਹਾਨੂੰ ਉਹੀ ਹੌਸਲਾ ਬਹੁਤ ਹੋ ਜਾਂਦਾ। ਬਿਲਕੁਲ ਜੀ, ਬਿਲਕੁਲ ਬਿਲਕੁਲ, ਬਹੁਤ ਹੌਸਲੇ ਨਾਲ ਖੇਡਿਆ ਅਸੀਂ, ਅਤੇ ਫਿਰ ਮੈਂ ਸ਼ੋਅ ਮੈਚ ਵੀ ਖੇਡਿਆ ਬਿਜਲੀ ਬੋਰਡ ਨਾਲ। ਫਿਰ ਦੂਜੇ ਦਿਨ ਸੀਗਾ ਮੈਚ ਘੋਲੀਏ, ਫਿਰ ਮੈਨੂੰ ਉਹਨੇ ਉੱਥੇ ਵੀ ਸੱਦਿਆ, ਕਹਿੰਦਾ ਉੱਥੇ ਵੀ ਸ਼ੋਅ ਮੈਚ ਖੇਡਣਾ ਸੀ ਤੂੰ। ਉਹਨਾਂ ਕੋਲ ਸੀਗਾ ਮੈਚ, ਉਹਨਾਂ ਨੇ ਆਪ ਖੇਡਣਾ ਸੀਗਾ ਹਕੀਮਪੁਰੇ, ਇੱਕ ਦੂਜੀ ਟੀਮ ਬਣਾ ਕੇ ਅਸੀਂ ਖੇਡੇ ਸੀ ਘੋਲੀਏ, ਗੱਗੀ ਲੋਪੋ, ਮੈਂ ਬਾਜ ਪੌਂਕੇ। ਹਾਂਜੀ ਹਾਂਜੀ, ਅਤੇ ਮੈਨੂੰ ਹੁਣ ਯਾਦ ਨਹੀਂ ਬਾਕੀ ਪਲੇਅਰਾਂ ਦੇ ਨਾਮ। ਅੱਛਾ, ਬਾਹਰ ਦੇ ਮੁਲਕਾਂ ਦੀ ਸ਼ੁਰੂਆਤ ਕਦੋਂ ਹੋਈ ਤੁਹਾਡੀ, ਅਤੇ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਖੇਡੇ ਹੋ ਤੁਸੀਂ, ਕਿਹੜੀਆਂ ਟੀਮਾਂ? ਮੈਂ ਖੇਡਿਆ ਜੀ, ਆਪਣੇ ਜ਼ਿਆਦਾ ਟਾਈਮ ਖੇਡਿਆ ਮੈਟਰੋ 'ਚ ਜੀ, ਤਕਰੀਬਨ ਜ਼ਿਆਦਾ ਟੋਰਾਂਟੋ ਮੈਟਰੋ 'ਚ ਖੇਡਿਆ। ਹਾਂਜੀ ਹਾਂਜੀ, ਵੈਨਕੂਵਰ ਖੇਡਿਆ ਮੈਂ ਰਿਚਮੰਡ ਕਬੱਡੀ ਕਲੱਬ 'ਚ। ਹਾਂਜੀ ਹਾਂਜੀ, ਅਤੇ 2002 'ਚ ਮੈਂ ਗਿਆ ਸੀ ਪਹਿਲੀ ਸਾਲ ਜੀ ਜੀ। ਹਾਂਜੀ, ਅਤੇ ਉਸ ਤੋਂ ਬਾਅਦ ਫਿਰ ਉੱਥੇ ਖੇਡੇ ਹਾਂ, ਮਤਲਬ ਕੈਨੇਡਾ ਹੀ ਖੇਡੇ ਜ਼ਿਆਦਾ। ਹਾਂਜੀ, ਮੈਂ ਇੰਗਲੈਂਡ ਖੇਡਿਆ ਜੀ ਇੱਕ ਸਾਲ, 2004 'ਚ ਖੇਡਿਆ ਜੀ, ਇੱਕ ਸਾਲ ਹੀ ਖੇਡਿਆ ਜੀ, ਸਾਊਥ ਹਾਲ ਵੱਲੋਂ ਖੇਡਿਆ ਸੀ। ਕਿਹੜੇ ਖਿਡਾਰੀ ਤੁਹਾਡੇ ਨਾਲ ਸੀ ਕੈਨੇਡਾ 'ਚ? ਹਾਂਜੀ, ਕੈਨੇਡਾ 'ਚ
ਹਰੇਕ ਸਾਲ ਪਲੇਅਰ ਨਵੇਂ ਵੀ ਲੈਂਦੇ ਰਹਿੰਦੇ ਹਨ। ਜ਼ਿਆਦਾਤਰ ਜਿਵੇਂ ਜਿਹੜੇ ਖੇਡੇ ਐਲਮੈਂਟ ਅਸੀਂ ਇਕੱਠੇ ਖੇਡੇ ਹਾਂ, ਕਾਕਾ ਕਾਰੀ ਸਾਰੀ ਰੇਡਰ ਹੁੰਦਾ ਸੀ, ਹਾਂਜੀ ਭਿੰਦਰ ਹੁੰਦਾ ਸੀਗਾ ਰੇਡਰ ਨਵੇਂ ਪਿੰਡੀਆ, ਹਾਂਜੀ ਅਤੇ ਜਾਫੀ ਹੁੰਦੇ ਸੀ ਮੈਂ, ਹਾਂਜੀ ਪਿੰਡੀ ਸੁਖਵਿੰਦਰ ਪਿੰਡੀ ਹੈ ਨਾ, ਹਾਂਜੀ ਝਾੜ ਸਾਹਿਬ, ਹਾਂਜੀ ਅਤੇ ਕਿੰਦਾ ਕਕਰਾਲਾ ਵੀ ਖੇਡਿਆ, ਹਾਂਜੀ ਭਗਵੰਤ ਮਾਣੀ, ਹਾਂਜੀ ਲਾਡੀ ਟਾਲਾ ਰੇਡਰ ਹੁੰਦਾ ਸੀ, ਹਾਂਜੀ 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 ਅਤੇ ਇੱਕ ਸਾਲ ਕੀਪਾ ਸਰਖਪੁਰੀਆ, ਦੋ ਸਾਲ ਖੇਡਿਆ ਸੀ ਨਾਲ ਜੀ, ਯਾਨੀ ਪਲੇਅਰ ਚੇਂਜ ਹੁੰਦੇ ਰਹਿੰਦੇ ਸੀ, ਹਾਂਜੀ ਹਾਂ ਕਿਉਂਕਿ ਨਵਾਂ ਕੰਟਰੈਕਟ ਕਿਸੇ ਨਾਲ ਹੋ ਗਿਆ ਕਲੱਬ ਦਾ, ਬਿਲਕੁਲ ਅਤੇ ਰੈਚਮੈਂਟ 'ਚ ਖੇਡੇ ਹਾਂ ਮੈਂ, ਸ਼ਿੰਦਰੀ ਜਗਦੀਪ ਕੌਂਕਿਆਂ ਵਾਲਾ, ਹਾਂਜੀ ਅਤੇ ਮਾਣਾ ਹੁੰਦਾ ਸੀ ਲੱਲੀਆਂ ਵਾਲਾ ਮੁੰਡਾ ਜੀ, ਰਾਮਪੁਰ ਲੱਲੀਆਂ ਦਾ, ਹਾਂਜੀ ਹਾਂਜੀ ਅਤੇ ਅਸੀਂ ਖੇਡੇ ਹਾਂ ਉੱਥੇ ਵੈਨਕੂਵਰ, ਜ਼ਿਆਦਾ ਟਾਈਮ ਅਸੀਂ ਚਾਰ ਪੰਜ ਉੱਥੇ ਇਕੱਠੇ ਖੇਡੇ ਹਾਂ ਜ਼ਿਆਦਾ ਟਾਈਮ ਜੀ। ਹਾਂਜੀ ਅੱਛਾ ਬਾਈ ਜੀ, ਜਿਸ ਤਰ੍ਹਾਂ 2009 ਦੇ ਵਿੱਚ ਤੁਸੀਂ ਬੜੇ ਵਧੀਆ ਜੱਫੇ ਲਾਏ ਸੀ, ਮੇਰੇ ਖਿਆਲ ਹੈ ਕੈਨੇਡਾ ਦੇ ਵਿੱਚ ਮੈਚ ਹੋਇਆ ਤੁਹਾਡਾ, ਜਿੱਥੋਂ ਤੱਕ ਮੈਨੂੰ ਪਤਾ, ਹਾਂਜੀ ਅਤੇ ਉੱਥੇ ਤੁਸੀਂ ਦੋ ਜੱਫੇ ਲਾ ਗਏ ਸੀ, ਤੀਜੇ ਵਾਰੀ ਮੇਰੇ ਖਿਆਲ ਪਹਿਲਾਂ ਮੈਚ ਸਮਾਪਤ ਹੋਇਆ ਸੀ, ਜਾਂ ਕਿਸ ਤਰ੍ਹਾਂ ਦਾ ਸੀ ਉਹ ਮਾਹੌਲ ਉਸ ਟਾਈਮ ਦਾ? ਹਾਂਜੀ ਅਤੇ ਇੱਕ ਉਹ, ਅਤੇ ਇੱਕ ਉਹਦੇ ਨਾਲ ਹੀ ਜਿਹੜੇ ਤੁਹਾਡੇ ਯਾਦਗਾਰੀ ਜੱਫਿਆਂ ਦੀ ਗੱਲ ਕਰਦੇ ਜੋ, ਉਹਨਾਂ ਮੈਚਾਂ ਦਾ ਜ਼ਿਕਰ ਜ਼ਰੂਰ ਕਰੋ ਜਿੱਥੇ ਤੁਸੀਂ ਬੈਸਟ ਵੀ ਰਹੇ ਹੋ। ਹਾਂਜੀ ਬੈਸਟ, ਹਾਂਜੀ ਕਈ ਟੂਰਨਾਮੈਂਟਾਂ 'ਤੇ ਕਈ ਮਾੜੇ ਵੀ ਲੱਗੇ, ਚੰਗੇ ਵੀ ਲੱਗਦੇ ਆ, ਹਾਂਜੀ 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 ਚੱਲਦਾ ਰਹਿੰਦਾ ਜੀ, ਅਤੇ ਕਈਆਂ 'ਤੇ ਬੰਦਾ ਬਿਨਾਂ ਜੱਫਿਆਂ ਤੋਂ ਵੀ ਘਰੇ ਮੁੜੇ ਆਉਂਦਾ, ਹਾਂਜੀ ਅਤੇ ਇੱਦਾਂ ਹੀ ਆ ਬਸ। ਉਹ ਜਿਹੜਾ ਤੁਸੀਂ 2009 ਦੀ ਗੱਲ ਕਰਦੇ ਹੋ, ਉਹ ਸੀਗੇ ਜੀ ਉੱਥੇ ਇੰਟਰਨੈਸ਼ਨਲ 'ਚ ਖੇਡਿਆ ਸੀ ਮੈਂ ਉਸ ਸਾਲ, ਹਾਂਜੀ ਅਤੇ ਮੈਟਰੋ ਨਾਲ ਮੈਚ ਸੀਗਾ, ਮੈਟਰੋ ਪੰਜਾਬੀ ਸਪੋਰਟਸ ਕਲੱਬ ਨਾਲ, ਹਾਂਜੀ ਅਤੇ ਉਹ ਪੈਸੇ ਲੱਗੇ ਸੀਗੇ ਸੁੱਖੀ, ਦੋ ਜੱਫਿਆਂ 'ਤੇ ਪੈਸੇ ਲੱਗੇ ਸੀ ਪਹਿਲਾਂ ਇੱਕ 'ਤੇ, ਹਾਂਜੀ ਉਹ ਮੈਂ ਸੁੱਖੀ ਨੂੰ ਲਾਇਆ ਸੀ ਜੱਫਾ ਲੱਖਣ ਕੇ ਪੱਡੇ ਨੂੰ, ਹਾਂਜੀ ਹਾਂਜੀ ਫਿਰ ਉਹ ਪੈਸੇ ਡਬਲ ਕਰਤੇ ਉਹਨੇ, $5,000 ਕਰਤਾ ਉਹਨਾਂ ਨੇ ਜੀ, ਮਤਲਬ ਇੰਡੀਅਨ ਕਰੰਸੀ 2,00,000 ਬਣਦੀ ਸੀ ਉਹਦੀ, ਹਾਂਜੀ ਵੀ ਜੇ ਦੋ ਜੱਫੇ ਲਗਾਤਾਰ ਲਾਊਗਾ ਕੋਈ ਹੈ ਨਾ ਜੀ, ਅਤੇ ਵੀ ਉਹਦਾ $5,000। ਅਤੇ ਦੂਜੀ ਰੇਡ ਸੀਗੀ ਗੁਲਜ਼ਾਰੀ ਮੂਣਕ ਦੀ ਜੀ, ਜਾਂ ਪਹਿਲੀ ਸੀ ਗੁਲਜ਼ਾਰੀ ਦੀ, ਮੈਨੂੰ ਹੁਣ ਯਾਦ ਨਹੀਂ, ਹਾਂਜੀ ਹਾਂਜੀ ਅਤੇ ਦੋ ਜੱਫੇ ਇਹਨਾਂ ਨੂੰ ਲਾਏ ਸੀ ਅਤੇ ਫਿਰ ਤੀਜੀ ਰੇਟ 'ਤੇ ਵੀ ਪੈਸੇ ਉਹਨਾਂ ਨੇ $10,000 ਕਰਤਾ ਸੀ, ਡਬਲ ਕਰਤੇ ਸੀ ਹੋਰ, ਹਾਂਜੀ ਅਤੇ ਉਹ ਫਿਰ ਤੀਜੀ ਰੇਟ 'ਤੇ, ਤੀਜੀ ਰੇਡ ਸੀਗੀ ਆਈ ਥਿੰਕ ਖੁਸ਼ੀ ਦੀ ਸੀ ਜਾਂ ਗੁਲਜ਼ਾਰੀ ਦੀ, ਹਾਂਜੀ ਅਤੇ ਉਹ ਮੈਚ ਨਹੀਂ ਸਮਾਪਤ ਹੋਇਆ ਸੀ ਉਦੋਂ, ਆਈ ਥਿੰਕ ਕੋਈ ਟੱਚ ਕਰ ਗਿਆ ਸੀ ਉਹ ਖੁਸ਼ੀ ਨੂੰ ਜੀ, ਹਾਂਜੀ ਮੈਂ ਅਤੇ ਖੁਸ਼ੀ ਖੇਡਦੇ ਸੀਗੇ ਉਹਦੇ ਵਿੱਚ, ਹਾਂਜੀ ਇੰਟਰਨੈਸ਼ਨਲ 'ਚ ਜੀ, ਅਤੇ ਉਹ ਤਾਂ ਕਰਕੇ ਫਿਰ ਚਲੋ ਪਤਾ ਨਹੀਂ ਲੱਗਣਾ ਸੀ ਕਿ ਨਹੀਂ ਲੱਗਣਾ ਸੀ, ਇਹ ਤਾਂ ਹੁਣ ਬਾਹਰ ਹੀ ਨੂੰ ਪਤਾ ਹੈ ਨਾ, ਹਾਂਜੀ ਹਾਂਜੀ ਅਤੇ ਜਾਣੀ ਇੱਦਾਂ ਕਰਕੇ ਵੀ ਦੋ ਜੱਫੇ ਲੱਗੇ ਸੀ ਉਹ ਜੀ, ਹਾਂਜੀ ਉਹ ਫਿਰ ਉਹਨਾਂ ਨੇ $5,000 ਜਾਣੀ $2,00,000 ਵੈਸੇ ਉਹ ਇੰਡੀਅਨ ਕਰੰਸੀ $2,00,000 ਦੇ ਹਿਸਾਬ ਨਾਲ ਸੀ, ਉਹਨਾਂ ਨੇ $5,000 ਦਾ ਚੈੱਕ ਦਿੱਤਾ ਸੀਗਾ ਜੀ ਜੀ। ਅੱਛਾ ਬਾਈ ਜੀ, ਹੋਰ ਕੀ ਰਿਕਾਰਡ ਰਿਹਾ ਤੁਹਾਡੇ ਜੱਫਿਆਂ ਦਾ? ਇੱਕ ਮੈਚ ਦੇ ਵਿੱਚ ਕਿੰਨੇ ਜੱਫੇ ਲਾਏ ਆ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਮੈਚ ਜਿੱਥੇ ਤੁਸੀਂ ਬੈਸਟ ਵੀ ਬਣੇ ਹੋ, ਜੱਫੇ ਵੀ ਵਧੀਆ ਲੱਗੇ ਆ ਅਤੇ ਇੱਕ ਯਾਦਗਾਰੀ ਹੋ ਨਿਬੜੇ? ਹਾਂਜੀ ਬਾਕੀ ਮੇਰੀ ਮੈਮਰੀ ਥੋੜ੍ਹੀ ਜਿਹੀ ਘੱਟ ਆ ਨਾ, ਮੈਨੂੰ ਚੇਤੇ ਯਾਦ ਬਹੁਤ ਘੱਟ ਰਹਿੰਦਾ, ਅਤੇ ਇੱਕ ਟੂਰਨਾਮੈਂਟ 'ਤੇ ਨਾ ਕੱਪ 'ਤੇ ਹੀ ਸੀਗਾ ਜੀ, ਉੱਥੇ ਕੈਨੇਡਾ ਕੱਪ ਹੁੰਦਾ ਹੁੰਦਾ, ਹਾਂਜੀ 2004 ਦੇ ਜੀ, ਅਤੇ ਉੱਥੇ ਮੈਂ ਬੈਸਟ ਵੀ ਬਣਿਆ ਸੀ 2004 'ਚ, ਹਾਂਜੀ ਅਤੇ ਮੇਰੇ ਜੱਫੇ ਵੀ 7 ਜੱਫੇ ਸੀਗੇ, ਉਸ ਤੋਂ ਪਹਿਲਾਂ 3 ਦੇ ਵਿੱਚ 6 ਜੱਫੇ ਸੀਗੇ ਜੀਤੀ ਕੂਨਰ ਦੇ ਜੀ, ਅਤੇ ਉਹ ਫਿਰ ਮੈਂ 7 ਜੱਫੇ ਲਾਏ ਸੀਗੇ, ਉਹ ਮੇਰੇ ਨਾਂ 'ਤੇ ਸੀ ਰਿਕਾਰਡ ਉਦੋਂ ਜੀ, ਅਤੇ ਉਦੋਂ ਬਾਅਦ ਵੈਸੇ ਉਹ ਅੱਜ ਵੀ 7 ਜੱਫਿਆਂ ਵਾਲਾ ਜੇ ਮੈਂ ਦੇਖਦੇ ਹਾਂ ਵੀ ਉਹ ਹਜੇ ਰਿਕਾਰਡ ਟੁੱਟਿਆ ਨੀਗਾ, ਹਾਂਜੀ ਹਾਂਜੀ 7 ਜੱਫੇ ਅੱਜ ਵੀ ਲਾਏ ਨਹੀਂ ਕਿਸੇ ਨੇ, ਹਾਂਜੀ ਫੈਡਰੇਸ਼ਨਾਂ ਇਕੱਠੀਆਂ ਸੀ ਉਦੋਂ ਜੀ ਜੀ, ਫੈਡਰੇਸ਼ਨਾਂ ਅਲੱਗ ਅਲੱਗ ਹੋ ਗਈਆਂ, ਹਾਂਜੀ ਉਦੋਂ ਬਾਅਦ ਤਾਂ ਲਾਏ ਨੇ, ਹਾਂਜੀ ਫੈਡਰੇਸ਼ਨ ਇਕੱਠੀ ਦੇ ਵਿੱਚ 7 ਜੱਫੇ ਨਹੀਂ ਲਾਏ ਕਿਸੇ ਨੇ ਜੀ, ਹਾਂਜੀ ਬਿਲਕੁਲ, ਅਤੇ ਉਹ ਫੈਡਰੇਸ਼ਨ ਅਲੱਗ ਅਲੱਗ ਹੋ ਕੇ 2 ਕੱਪ ਹੁੰਦੇ ਰਹੇ ਆ, ਹਾਂਜੀ ਹਾਂਜੀ ਉਹਦੇ ਵਿੱਚ ਤਾਂ ਲਾਏ ਨੇ ਮੈਨੂੰ ਲੱਗਦਾ ਪਾਲੇ ਨੇ ਲਾਏ ਨੇ ਆਈ ਥਿੰਕ ਜੀ ਜੀ, ਪਰ ਜਿਹੜੀ ਫੈਡਰੇਸ਼ਨ ਇਕੱਠੀ ਹੋ ਕੇ ਉਸ ਤੋਂ ਬਾਅਦ ਸ਼ੁਰੂ ਹੋਏ ਨੇ ਮੈਚ ਦੁਬਾਰਾ ਫਿਰ ਹੈ ਨਾ, ਹਾਂਜੀ ਹਾਂਜੀ
ਕਿਉਂਕਿ ਜਦੋਂ ਦੋ ਫੈਡਰੇਸ਼ਨਾਂ ਹੁੰਦੀਆਂ ਨੇ ਫਿਰ ਮੈਚ ਉਹਨੇ ਵਧੀਆ ਨਹੀਂ ਹੁੰਦੀਆਂ, ਪਲੇਅਰ ਵੰਡੇ ਜਾਂਦੇ ਬਿਲਕੁਲ। ਉਹ ਸਾਡੇ ਵੇਲੇ ਫੈਡਰੇਸ਼ਨ ਇੱਕ ਸੀਗੀ, ਹਾਂਜੀ ਹਾਂਜੀ, ਹੁਣ ਵੀ ਫੈਡਰੇਸ਼ਨ ਇੱਕ, ਪਿਛਲੇ ਸਾਲ ਬਹੁਤ ਸੋਹਣੇ ਮੈਚ ਹੋਏ ਨੇ ਹਾਂਜੀ ਕੱਪ ਦੇ, ਉਹ ਹੁੰਦੇ ਇਨਡੋਰ ਜੀ ਅੰਦਰ, ਕਿਉਂਕਿ ਸਾਲ 'ਚ ਇੱਕ ਵਾਰੀ ਕੱਪ ਹੋਣਾ ਹੁੰਦਾ, ਹਾਂਜੀ, ਡੇਟ ਡੂਟ ਰੱਖੀ ਹੁੰਦੀ ਪ੍ਰਬੰਧਕਾਂ ਨੇ, ਹੈ ਨਾ, ਹਾਂਜੀ, ਪਤਾ ਨਹੀਂ ਹੁੰਦਾ ਵੀ ਮੀਂਹ ਪੈ ਜਾਣਾ ਕਿ ਨਹੀਂ, ਫਿਰ ਤਾਂ ਕਰਕੇ ਉਹ ਇਨਡੋਰ ਹੁੰਦੇ ਆ। ਟਿਕਟ ਹੁੰਦੀ ਉਹਦੀ ਅਰਾਊਂਡ $50 ਆ, ਹਾਂਜੀ, ਸੋਲਡ ਆਊਟ ਹੋ ਜਾਂਦਾ ਜੀ, ਬਹੁਤ ਵਧੀਆ ਕੱਪ ਹੁੰਦਾ। ਅਤੇ ਉੱਥੇ ਮੈਂ 4 ਅਤੇ 5 ਦੇ ਵਿੱਚ ਲਗਾਤਾਰ 2 ਸਾਲ ਜੀ ਜੀ ਬੈਸਟ ਸੀਗਾ ਜੀ। ਅਤੇ ਇੱਧਰ ਦੀ ਗੱਲ ਕਰੀਏ ਫਿਰ, ਹੋਰ ਬੈਸਟ ਕਿੰਨੇ ਕੁ ਵਾਰੀ ਰਹੇ ਤੁਸੀਂ, ਕੀ ਕੁਛ ਜਿੱਤਿਆ ਇੱਥੇ ਜੀ? ਬਾਕੀ ਤਾਂ ਪਿਆਰ ਲੋਕਾਂ ਦਾ ਬਹੁਤ ਜਿੱਤਿਆ ਜੀ, ਹੈ ਨਾ, ਸਿੱਧ ਮੈਂ ਤਾਂ ਉਹਨੂੰ ਸਭ ਤੋਂ ਵੱਡਾ ਬੈਸਟ ਮੰਨਦੇ ਹਾਂ ਵੀ ਉਹ ਖੇਡੇ ਆ, ਲੋਕਾਂ ਨੇ ਬਹੁਤ ਪਿਆਰ ਦਿੱਤਾ ਬਿਲਕੁਲ। ਅਤੇ ਬਾਕੀ ਇੱਥੇ 2002 ਦੇ ਵਿੱਚ ਮੈਨੂੰ ਲੱਗਦਾ ਪਹਿਲੀ ਵਾਰੀ ਮੋਟਰਸਾਈਕਲ ਪਹਿਲੀ ਵਾਰ ਰੱਖੇ ਸੀ, ਹਾਂਜੀ, ਲੋਧੀ ਕੱਪ ਹੁੰਦਾ ਸੀਗਾ ਲੁਧਿਆਣੇ, ਹਾਂਜੀ, ਗੁਰੂ ਨਾਨਕ ਸਟੇਡੀਅਮ 'ਚ ਜੀ, ਹਾਂਜੀ। ਅਤੇ ਉੱਥੇ ਮੈਂ ਖੇਡਿਆ ਸੀਗਾ ਬਿਜਲੀ ਬੋਰਡ ਵੱਲੋਂ, ਹਾਂਜੀ ਹਾਂਜੀ, ਅਤੇ ਮੇਰੇ ਨਾਲ ਸੀਗੇ ਫੌਜੀ ਕੁਰੜ ਛਾਪਾ, ਜਗਤਾਰ ਧਨੌਲਾ, ਹਾਂਜੀ ਹਾਂਜੀ, ਲਾਲੀ ਪਟਾਰੀ ਜੀ ਜੀ, ਅਤੇ ਇੱਕ ਬਾਜੀ ਸੀ, ਆਈ ਥਿੰਕ ਬਾਜੀ ਜੰਟ ਸੀ ਆਈ ਥਿੰਕ ਜੀ। ਪਹਿਲਾਂ ਮੈਂ ਹਾਫ ਟਾਈਮ 'ਚ ਤਾਂ ਮੈਨੂੰ ਸੈੱਟ 'ਚ ਚਾਂਸ ਨਹੀਂ ਮਿਲਿਆ, ਹੈ ਨਾ, ਹਾਂਜੀ, ਕਿਉਂਕਿ ਉਹ ਮੇਰੇ ਤੋਂ ਵਧੀਆ ਸੀ ਸਾਰੇ, ਹਾਂਜੀ ਹਾਂਜੀ। ਸਾਡਾ ਮੈਚ ਸੀਗਾ, ਮੈਂ ਅਮਰੀਕਾ ਦੀ ਟੀਮ ਬਣਾਈ ਹੋਈ ਸੀ ਕਪੂਰਥਲੇ ਦੀ, ਵੈਸੇ ਸਾਰੀ ਟੀਮ ਕਪੂਰਥਲੇ ਦੀ ਸੀ ਉਹ ਜੀ, ਅਤੇ ਉਹ ਖੇਡ ਰਹੀ ਸੀ ਉਹਨਾਂ ਦੇ ਅੰਡਰ 'ਚ, ਅਮੈਰੀਕਾ ਦੇ ਨਾਂ ਦੇ ਅੰਡਰ, ਜੌਨ ਗਿੱਲ ਦੇ ਨਾ। ਅਤੇ ਉੱਥੇ ਮੈਨੂੰ ਹਾਫ ਟਾਈਮ ਤੋਂ ਬਾਅਦ ਹੀ ਲਾਇਆ ਵਿੱਚ, ਮੈਚ ਬਰਾਬਰ ਚੱਲੀ ਜਾਂਦਾ ਸੀ, ਹਾਂਜੀ ਹਾਂਜੀ, ਅਤੇ ਹਾਫ ਟਾਈਮ ਤੋਂ ਬਾਅਦ ਫਿਰ ਮੈਂ 4 ਜੱਫੇ ਲਾ ਗਿਆ ਸੀ ਜੀ। ਉਹਦੇ ਵਿੱਚ 4 ਜੱਫੇ ਸੀਗੇ ਤੀਰਥ ਗਾਖੜ ਦੇ, ਫੌਜੀ ਕੋਰਟ ਦੇ, ਹਾਂਜੀ, ਅਤੇ ਮੇਰੇ ਸੀ 4 ਜੱਫੇ ਜੀ, ਪਰ ਉਹ ਮੇਰੇ ਟੱਚ ਬਹੁਤ ਥੋੜ੍ਹੇ ਸੀ ਜੀ, ਅਤੇ ਉਹਦੇ ਕਰਕੇ ਫਿਰ ਬੈਸਟ ਰੇਟ ਜਾਫੀ ਮੈਂ ਸੀਗਾ ਜੀ, ਅਤੇ ਰੇਡਰ ਸੀਗਾ ਆਪਣੇ ਲਾਲੀੜਾ 'ਚ ਜੀ ਜੀ, ਹਾਂਜੀ ਵਾਹ। ਅਸੀਂ ਪਹਿਲੀ ਮੈਨੂੰ ਪਹਿਲਾ ਮੋਟਰਸਾਈਕਲ ਸੀ ਕਬੱਡੀ ਦੇ ਵਿੱਚ ਜੀ, ਜਿਹੜਾ ਤੁਸੀਂ ਜਿੱਤਿਆ ਜੀ ਉਹ, ਹਾਂਜੀ ਵਾਹ ਜੀ। ਅੱਛਾ ਭਾਈ ਜੀ, ਤੁਹਾਨੂੰ ਐਂ ਨਹੀਂ ਲੱਗਦਾ ਜਿਵੇਂ ਤੁਹਾਡੇ ਵੇਲੇ ਸੋਸ਼ਲ ਮੀਡੀਆ ਨਹੀਂ ਸੀ? ਹੁਣ ਤਾਂ ਜਦੋਂ ਇੱਕ ਜੱਫਾ ਲੱਗ ਜਾਂਦਾ ਜਾਂ ਬੈਸਟ ਲੱਗ ਜਾਂਦਾ, ਨਾਲ ਦੀ ਨਾਲ ਪੇਜਾਂ 'ਤੇ ਘੁੰਮ ਜਾਂਦਾ ਸਾਰਾ ਸਿਸਟਮ ਜੀ, ਹਾਂਜੀ, ਅਤੇ ਹੁਣ ਤੁਹਾਨੂੰ ਲੱਗਦਾ ਨਹੀਂ ਵੀ ਜੇ ਸਾਡੇ ਵਾਲਾ ਟਾਈਮ ਹੁੰਦਾ ਉਦੋਂ ਇਹ ਹੁੰਦਾ ਤਾਂ ਸਾਡੇ ਜੱਫੇ ਵੀ ਅੱਜ ਜਿਹੜੇ ਸੀਗੇ ਕਿਤੇ 5 ਲੱਗੇ ਨੇ, ਕਿਤੇ 6 ਲੱਗੇ ਨੇ, ਬੈਸਟ ਲੱਗੇ ਨੇ, ਅੱਜ ਉਹ ਵੀ ਸੋਸ਼ਲ ਮੀਡੀਆ 'ਤੇ ਘੁੰਮਣੇ ਸੀ? ਹਾਂਜੀ, ਇਹ ਮਿਸ ਤਾਂ ਕਰਦੇ ਹਾਂ ਚੀਜ਼ ਨੂੰ, ਹਾਂਜੀ, ਵੀ ਹੁੰਦੀ ਤਾਂ ਵਧੀਆ ਸੀ, ਹੈ ਨਾ, ਹਾਂਜੀ ਹਾਂ, ਬਾਕੀ ਟਾਈਮ ਚੇਂਜ ਹੋਈ ਜਾਂਦਾ ਹੌਲੀ ਹੌਲੀ, ਹੈ ਨਾ, ਬਿਲਕੁਲ। ਮੈਂ ਕਹਿੰਦਾ ਵੀ ਸਾਤੋਂ ਜਿਹੜੇ ਪਹਿਲਾਂ ਹੁੰਦੇ ਸੀਗੇ, ਹਾਂਜੀ, ਬਿੱਟੂ ਬਾਈ ਹੋਣੀ, ਜਸਪਾਲ ਵਾਂਗਰ ਵਾਲੇ ਬਿੱਟੂ ਹੋਣੀ, ਹਾਂਜੀ, ਅਤੇ ਉਹ ਸਾਡੇ ਵਾਲਾ ਟਾਈਮ ਮਿਸ ਕਰਦੇ ਹਾਂ, ਹਾਂਜੀ, ਅਸੀਂ ਹੁਣ ਇਹ ਟਾਈਮ ਮਿਸ ਕਰਦੇ ਹਾਂ, ਹਾਂਜੀ, ਹੁਣ ਇਹਨਾਂ ਦਾ ਗਾਂਹ ਟਾਈਮ ਆ ਜਾਣਾ, ਹੋਰ ਚੇਂਜਸ ਆ ਜਾਣੀ, ਹੈ ਨਾ, ਬਿਲਕੁਲ। ਬਾਕੀ ਸਮੇਂ ਦੇ ਨਾਲ ਚੇਂਜਸ ਆ ਹੀ ਜਾਂਦੀਆਂ, ਹਰ ਚੀਜ਼ ਬਦਲਦੀ ਹੈ, ਬਦਲੀ ਜਾਂਦੀ ਹੈ, ਬਿਲਕੁਲ, ਆਹੋ ਇਹ ਮਿਸ ਕਰਦੇ ਹਾਂ ਉਹ ਚੀਜ਼ ਨੂੰ ਵੀ ਹੁਣ ਹੁੰਦਾ, ਹੈ ਨਾ, ਹਾਂਜੀ ਹਾਂ, ਅਤੇ ਵਧੀਆ ਸੀਗਾ, ਬਿਲਕੁਲ। ਅੱਛਾ ਬਾਈ, ਕਬੱਡੀ ਤੁਸੀਂ ਛੱਡੀ ਕਦੋਂ ਸੀ? ਮੈਂ ਜੀ ਛੱਡੀ ਆ ਕਬੱਡੀ 2010 ਦੇ ਵਿੱਚ ਖੇਡਿਆ ਲਾਸਟ ਈਅਰ ਜੀ, ਹਾਂਜੀ। ਕੀ ਕਾਰਨ ਸੀ ਕਿ? ਕੋਈ ਘਰੇਲੂ ਪ੍ਰੋਬਲਮ ਕਰਕੇ? ਨਹੀਂ, ਕੋਈ ਪ੍ਰੋਬਲਮ ਨਹੀਂ ਸੀ ਜੀ ਘਰੇਲੂ, ਬਸ ਹੁਣ ਅਤੇ ਟਾਈਮ ਕੰਮ ਕੁੰਮ ਵੀ ਕਰਦੇ ਸੀ ਉੱਥੇ ਬਾਹਰ, ਹੈ ਨਾ, ਕਿਉਂਕਿ ਮੈਂ ਪਰਮਾਨੈਂਟਲੀ ਉੱਥੇ ਰਹਿੰਦਾ ਕਨੇਡਾ 'ਚ, ਹਾਂਜੀ ਜੀ ਜੀ, ਅਤੇ ਫੈਮਿਲੀ ਮੇਰੀ ਸਾਰੀ ਉੱਥੇ ਆ, ਹਾਂਜੀ, ਅਤੇ ਅਸੀਂ ਬਸ ਫਿਰ ਕੰਮਾਂ ਦੇ ਰਜੇਵੇਂ, ਬਾਕੀ ਤੁਹਾਨੂੰ ਪਤਾ ਵੀ ਟਾਈਮ ਆਈ ਜਾਂਦਾ, ਨਵੇਂ ਪਲੇਅਰ ਆਈ ਜਾਂਦੇ ਆ, ਬਿਲਕੁਲ ਜੀ, ਅਤੇ ਜੇ ਤੁਸੀਂ ਟਾਈਮ ਨਾਲ ਪਾਸੇ ਹੋ ਜਾਂਦੇ ਆ, ਵਧੀਆ ਤੁਹਾਡੀ ਰਿਸਪੈਕਟ ਰਹਿੰਦੀ ਹੈ, ਹੈ ਨਾ, ਬਿਲਕੁਲ ਜੀ, ਬਿਲਕੁਲ। ਅਤੇ ਇਹ ਗੱਲਾਂ ਨੇ, ਹੋਰ ਤਾਂ ਕੋਈ ਕਾਰਨ ਨਹੀਂ ਸੀਗਾ ਜੀ, ਹਾਂਜੀ ਹਾਂਜੀ। ਬਾਕੀ ਮੇਰੇ 2006 ਦੇ ਵਿੱਚ ਨਾ ਮੇਰੇ ਇੰਜਰੀ ਹੋ ਗਈ ਸੀ ਬੈਕ ਦੀ ਜੀ, ਬੈਕ ਪ੍ਰੋਬਲਮ ਆ ਗਈ ਸੀ, ਹਾਂਜੀ, ਉਹ 6 ਮੈਂ ਖੇਡਿਆ ਨਹੀਂ 2006 ਸਾਰਾ ਜੀ, ਅਤੇ ਉਸ ਤੋਂ ਬਾਅਦ ਥੋੜ੍ਹੀ ਜਿਹੀ ਪ੍ਰੋਬਲਮ ਬੈਕ ਨੇ ਵੀ ਦਿੱਤੀ,
ਬਾਕੀ ਠੀਕ ਰਹੇ ਹਾਂ ਜੀ। ਹਾਂਜੀ, ਇਸੇ ਕਰਕੇ ਤਾਂ ਕਰਕੇ ਫਿਰ ਥੋੜ੍ਹਾ ਜਿਹਾ 10 ਤੋਂ 10 ਔਰ 11 ਦੇ ਵਿੱਚ ਹਾਂਜੀ ਹਟ ਗਿਆ ਸੀ ਮੈਂ ਖੇਡਣ ਜੀ। ਹਾਂਜੀ। ਅੱਛਾ ਬਾਈ ਜੀ, ਤੁਹਾਡਾ ਵਜ਼ਨ ਕਿੰਨਾ ਰਿਹਾ? ਮੇਰਾ ਵਜ਼ਨ ਜੀ ਜਦੋਂ ਮੈਂ ਇੱਥੇ ਖੇਡਦਾ ਸੀਗਾ ਹਾਂਜੀ 87 ਤੋਂ 90 ਕਿਲੋ ਦੇ ਵਿੱਚ ਹੀ ਰਿਹਾ ਜੀ। ਅਤੇ ਬਾਹਰ ਜਾ ਕੇ ਮੇਰਾ ਵੇਟ ਵੱਧ ਗਿਆ ਸੀਗਾ ਜੀ, ਬਾਹਰ ਜਾ ਕੇ ਮੇਰਾ ਵੇਟ ਰਿਹਾ ਵਾ 93 ਤੋਂ 95 ਜੀ। ਹਾਂਜੀ, ਅਤੇ ਹੁਣ ਵੀ ਮੇਰਾ ਵੇਟ 93-94 ਕਿਲੋ ਹੀ ਆ ਬਸ ਜੀ। ਅਤੇ ਹਾਈਟ ਕਿੰਨੀ ਹੈ ਜੀ? ਹਾਈਟ ਮੇਰੀ ਹੈਗੀ 6'1" ਜੀ। ਜੀ ਹਾਂਜੀ। ਅੱਛਾ ਬਾਈ, ਫਿਰ ਲਗਾਂਜਾਂ ਕਿਹੜੀਆਂ ਕਿਹੜੀਆਂ ਤੁਹਾਨੂੰ? ਲੰਬੇ ਕੱਦ ਦਾ ਫਾਇਦਾ ਤਾਂ ਮਿਲਿਆ ਜਾਂ ਆਫ ਲੈਣ ਦੇ ਵਿੱਚ? ਹਾਂਜੀ, ਹਾਈਟ ਦਾ ਤਾਂ ਫਰਕ ਬਹੁਤ ਪੈਂਦਾ ਕਬੱਡੀ ਦਾ, ਤੁਸੀਂ ਬਾਹਾਂ ਬੂਹਾਂ ਲੰਬੀਆਂ ਹੈ ਨਾ, ਸਾਰਾ ਕੁਛ ਹੀ ਹੈ ਨਾ, ਅਤੇ ਬੰਦਾ ਨੇੜੇ ਚੱਲਿਆ ਜਾਂਦਾ, ਥੋੜ੍ਹਾ ਜਿਹਾ ਸੌਖਾ ਹੋ ਜਾਂਦਾ। ਹਾਂਜੀ, ਲਗਾਈਆਂ ਮੈਂ ਤਕਰੀਬਨ ਸਾਰੀ ਲੱਗ ਲੈਂਦਾ ਸੀਗਾ। ਹਾਂਜੀ, ਲੱਤਾਂ ਨੂੰ ਵੀ ਲੱਗ ਲੈਂਦਾ ਸੀ, ਉੱਪਰੋਂ ਵੀ, 2 ਨੰਬਰ ਤੋਂ ਵੀ, ਦੋਨੇ ਕੰਨੀਆਂ ਖੇਡ ਲੈਂਦਾ ਸੀ। ਹਾਂਜੀ ਹਾਂਜੀ ਹਾਂਜੀ, ਅਤੇ ਸਾਰੀਆਂ ਬਾਕੀ ਡਿਪੈਂਡ ਆ ਵੀ ਤੁਹਾਡੇ ਨਾਲ ਦੇ ਪਲੇਅਰ ਤੁਹਾਡਾ ਸਹਿਯੋਗ ਕਿੰਨਾ ਕੁ ਦਿੰਦੇ ਆ। ਬਿਲਕੁਲ ਹੈ ਨਾ, ਬਿਲਕੁਲ। ਅਤੇ ਬਿਜਲੀ ਬੋਰਡ 'ਚ ਹੁਣ ਮੈਂ ਜਿਹੜੀ ਲੋਧੀ ਕੱਪ ਦੀ ਆਪਾਂ ਗੱਲ ਕਰਦੇ ਹਾਂ, ਬੈਸਟ ਰਿਹਾ ਮੈਂ ਉੱਥੇ। ਹਾਂਜੀ, ਉਹ ਬਾਈ ਜਗਤਾਰ ਦਾ ਬਹੁਤ ਸਹਿਯੋਗ ਰਿਹਾ ਨਾ। ਹਾਂਜੀ, ਰੇਡਰ ਦੇਖ ਕੇ ਮੈਨੂੰ ਦੱਸ ਦਿੰਦਾ ਸੀਗਾ ਵੀ ਤੂੰ 2 'ਤੇ ਲੱਗ ਜਾ ਜੀ, ਅਤੇ ਇੱਥੋਂ ਕਹਿੰਦਾ ਮੈਂ ਪਿੱਛੇ ਹਟੂੰ ਤੂੰ ਲੱਗ ਜੀ ਜੀ। ਇੰਨਾ ਐਕਸਪੀਰੀਅੰਸ ਬੰਦਿਆਂ ਨੂੰ, ਵਾਹ ਜੀ ਵਾਹ। ਹਾਂ, ਵੀ ਜਿਹੜੇ ਰੇਡਰ ਨੇ ਆਉਣਾ ਉਹਨੇ ਮੈਨੂੰ ਆਪ ਹੀ ਕਹੀ ਉੱਥੇ। ਹਾਂਜੀ, ਮੈਂ ਕਹਿੰਦਾ ਵੀ ਮੈਂ ਬੈਸਟ ਰਿਹਾ, ਉਹਦੇ ਮੇਰੇ ਉਹਦੇ ਕਰਕੇ ਬੈਸਟ ਨਿਕਲਿਆ ਜਗਤਾਰ ਤਕਨਾਲੋਜੀ ਕਰਕੇ। ਹਾਂਜੀ, ਵਾਹ ਜੀ, ਬਾਈ ਜਗਤਾਰ ਕਰਕੇ ਜਾ। ਹਾਂਜੀ ਹਾਂਜੀ, ਬਿਲਕੁਲ ਜੀ। ਅੱਛਾ ਬਾਈ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਪਰਿਵਾਰ ਦਾ ਸਹਿਯੋਗ ਬੜਾ, ਜਗਤਾਰ ਬਾਈ ਜੀ ਦਾ ਬੜਾ ਸਹਿਯੋਗ ਰਿਹਾ ਤੁਹਾਨੂੰ, ਅਤੇ ਸਾਡੇ ਆਪਣੇ ਭੂਰਾ ਜੀ ਢਿਲਵਾਂ ਵਾਲੇ, ਹਾਂਜੀ, ਅਤੇ ਇਸ ਤੋਂ ਇਲਾਵਾ ਤੁਹਾਨੂੰ ਹੋਰ ਕਿੰਨਾ ਕਿੰਨਾ ਸੱਜਣਾ ਦਾ ਸਹਿਯੋਗ ਰਿਹਾ ਜੀ? ਬਾਈ ਭੂਰੇ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਜੀ, ਸਟਾਰਟਿੰਗ 'ਚ ਹੀ ਹੁੰਦੀ ਆ ਤੁਹਾਨੂੰ ਕਿਸੇ ਮਤਲਬ ਧੱਕੇ ਦੀ ਲੋੜ ਹੈ ਨਾ। ਹਾਂਜੀ ਹਾਂਜੀ, ਅਸੀਂ ਮੈਨੂੰ ਯਾਦ ਆ ਵੀ ਜਦੋਂ ਮੈਂ ਪਿੰਡ ਲੈਵਲ 'ਤੇ ਥੋੜ੍ਹਾ ਜਿਹਾ ਮਾੜਾ ਜਿਹਾ ਵੀ ਫੜਨ ਫੜਨ ਲੱਗ ਗਿਆ, ਇੱਕ ਅੱਧਾ ਜੱਫਾ ਲਾਉਣ ਲੱਗ ਗਿਆ। ਹਾਂਜੀ, ਅਤੇ ਬਾਈ ਭੂਰੇ ਹੁਣੀ ਪਿੰਡ ਮੈਚ ਦਾ ਖੇਡਦੇ ਹੁੰਦੇ ਸੀ, ਉੱਧਰ ਬਰਨਾਲੇ ਕੰਨੀ ਹੈ ਨਾ, ਪਿੰਡਾਂ ਪੁੰਡਾਂ ਦੇ ਮੈਚ ਖੇਡਦੇ ਸੀ, ਇਹ ਰਹਿੰਦੇ ਸੀਗੇ ਸਾਡੇ ਪਿੰਡ। ਹਾਂਜੀ, ਇਹ ਸੀ ਹੋਰ ਪੁਲਿਸ ਦੇ ਮੁੰਡੇ ਨਾਲ, ਹੋਰ 2-4 ਇਹਨਾਂ ਦੇ ਨਾ ਇੱਥੇ ਸਾਡੇ ਪਿੰਡ ਰਹਿ ਕੇ ਮਿਹਨਤ ਕਰਦੇ ਹੁੰਦੇ ਸੀ। ਹਾਂਜੀ, ਕੈਂਪ ਚਲਾਇਆ ਹੁੰਦਾ ਸੀ ਇਹਨਾਂ ਦਾ। ਹਾਂਜੀ, ਅਤੇ ਇਹ ਬਾਈ ਨੇ ਮੈਨੂੰ ਲੈ ਕੇ ਜਾਣਾ ਨਾਲ ਪਿੰਡ ਦੇ ਮੈਚ ਖਿਡਾਉਣ, 2-3-4 ਵਾਰੀ ਲੈ ਕੇ ਗਿਆ। ਅਤੇ ਉਦੋਂ ਬਾਅਦ ਫਿਰ ਅੱਛਾ ਇਹਨਾਂ ਕੋਲ ਨਾ ਸ਼ਾਮ ਨੂੰ ਜਦੋਂ ਪ੍ਰੈਕਟਿਸ ਕਰਦੇ ਹੁੰਦੇ ਸੀ ਇਕੱਠੇ ਹੋ ਕੇ, ਹਾਂਜੀ, ਇਹ ਵੱਡੇ ਇੱਕ ਸਾਈਡ 'ਤੇ ਕਰ ਦਿੰਦੇ ਸੀ, ਅਸੀਂ ਆਪਦਾ ਸਾਈਡ 'ਤੇ ਕਰੀ ਜਾਣਾ ਇਹਨਾਂ ਨੂੰ ਦੇਖ ਕੇ। ਹਾਂਜੀ, ਮੈਨੂੰ ਯਾਦ ਆ ਅੱਜ ਵੀ ਮੈਨੂੰ ਤਾਂ 92-93 ਦੀ ਗੱਲ ਹੋਣੀ ਹੈ ਜੀ, ਉਹ ਜੀ ਬਾਈ ਬਿੱਟੂ ਜਸਪਾਲ ਵਾਂਗਰ ਅਤੇ ਜਗਤਾਰ ਤੋਂ ਲਾਏ ਸੀਗੇ ਬੁਲਟ ਮੋਟਰਸਾਈਕਲ 'ਤੇ ਸਾਡੇ ਪਿੰਡ, ਇਹਨਾਂ ਕੋਲ ਪ੍ਰੈਕਟਿਸ ਕਰਨ ਆਉਂਦੇ ਹੁੰਦੇ ਸੀ ਜੀ, ਬਸ ਉਹਨਾਂ ਦਾ ਪੂਰੀ ਬਿੱਟੂ ਬਾਈ ਦਾ ਚੜ੍ਹਾਈ ਸੀ ਜਗਤਾਰ ਦੀ ਵੀ ਉਹਦਾ। ਹਾਂਜੀ, ਅਤੇ ਉਹਨਾਂ ਨੂੰ ਦੇਖ ਕੇ ਬੰਦੇ ਨੂੰ ਇੱਕ ਹੁੰਦਾ ਨਹੀਂ ਵੀ ਮੈਂ ਵੀ ਖਿੱਚ ਹੋਈ ਤੁਹਾਡੇ ਵਿੱਚ, ਵੀ ਉਹ ਮੈਨੂੰ ਸੀਨ ਜਿਹਾ ਅੱਜ ਵੀ ਯਾਦ ਆ ਵੀ ਜਦੋਂ ਦੇਖੇ ਅਸੀਂ ਉੱਥੇ ਸਾਡੀ ਗਰਾਊਂਡ 'ਚ ਆਏ ਨੇ। ਹਾਂਜੀ ਹਾਂਜੀ, ਬੜੇ ਵਧੀਆ ਇਨਸਾਨ ਵੀ ਵਧੀਆ ਨੇ। ਹਾਂਜੀ ਹਾਂਜੀ, ਅਤੇ ਸਹਿਯੋਗ ਵੀ ਵਧੀਆ ਰਿਹਾ ਇਹਨਾਂ ਦਾ ਜੀ ਜੀ, ਅਤੇ ਬਾਅਦ 'ਚ ਚਲੋ ਅਸੀਂ ਇਕੱਠੇ ਖੇਡਦੇ ਵੀ ਰਹੇ ਹਾਂ। ਹਾਂਜੀ ਹਾਂਜੀ, ਕਿਸਮਤ ਹੁੰਦੀ ਬੰਦੇ ਹੈ ਨਾ, ਹਾਂਜੀ, ਤੁਸੀਂ ਕਿ ਜੇ ਕਿਸੇ ਨੂੰ ਦੇਖਿਆ ਵਾ ਵੀ ਮੈਂ ਆਹ ਬਣਨ ਦੀ ਟਰਾਈ ਕਰਾਂ ਅਤੇ ਨਾਲ ਤੁਹਾਡੇ ਤੁਸੀਂ ਖੇਡ ਵੀ ਰਹੇ ਹੋ ਉਹਦੇ ਨਾਲ। ਬਿਲਕੁਲ ਜੀ, ਬਿਲਕੁਲ, ਇੱਦੂ ਵੱਡੀ ਗੱਲ ਕੀ ਹੋ ਸਕਦੀ ਜੀ, ਕੁਦਰਤੀ ਸੁਭਾਅ ਹੈ ਜੀ, ਬਹੁਤ ਵਧੀਆ। ਹਾਂਜੀ ਹਾਂਜੀ, ਬਿਲਕੁਲ ਬਾਈ, ਬਿਲਕੁਲ, ਮਤਲਬ ਪੂਰੀ ਖਿੱਚ ਪੈਦਾ ਕੀਤੀ ਇਹਨਾਂ ਦੀ ਖੇਡ ਨੇ ਬਹੁਤ ਬਾਂਗਰ ਜੀ ਅਤੇ ਜਗਤਾਰ ਬਾਈ, ਬਹੁਤ ਜ਼ਿਆਦਾ, ਕਿਉਂਕਿ ਉਦੋਂ ਬਾਈ ਬਿੱਟੂ ਬਾਈ ਅਤੇ ਹਰਜੀਤ ਬਾਈ ਰੇਡਰ ਇੱਕੋ ਜਿਹੇ ਹੁੰਦੇ ਸੀ ਬਰਾਬਰ ਦੋਨੇ। ਹਾਂਜੀ, ਕਿਤੇ ਉਹਨੂੰ ਨਾ ਜੱਫਾ ਲੱਗਣਾ, ਕਿਤੇ ਉਹਨੂੰ ਨਾ ਲੱਗਣਾ, ਹੈ ਨਾ। ਹਾਂਜੀ, ਦੋ ਹੀ ਟੀਮਾਂ ਹੁੰਦੀਆਂ ਸੀਗੀਆਂ ਜ਼ਿਆਦਾ ਵੱਡੀਆਂ। ਹਾਂਜੀ, ਬਾਈ ਭਿੰਦਰ ਅੰਗਰੇਜ਼ ਅੜਾਚਾ, ਹੈ ਨਾ। ਹਾਂਜੀ, ਮੈਨੂੰ ਯਾਦ ਆ ਵੀ ਇਹਨਾਂ ਬੰਦਿਆਂ ਨੂੰ ਫੜ ਕੇ ਬੰਦੇ ਜਾਂਦੇ ਵੀਜ਼ੇ ਲੱਗ ਜਾਂਦੇ ਹੁੰਦੇ ਸੀ ਜੀ, ਜਿਹੜੇ ਬੰਦਿਆਂ ਨੇ। ਹਾਂਜੀ, ਅੰਗਰੇਜ਼ ਭਿੰਦਰ ਭੀਮਾ, ਹਾਂਜੀ,
ਬਿੱਟੂ ਬਾਈ ਹੈ ਨਾ, ਇਹਨਾਂ ਨੂੰ ਇੱਕ ਇੱਕ ਦੋ ਦੋ ਜੱਫੇ ਲਾਉਣੇ ਟੂਰਨਾਮੈਂਟਾਂ ਦੇ, ਕਲੱਬਾਂ ਵਾਲੇ ਉਹਨਾਂ ਨੂੰ ਲੈ ਕੰਟਰੈਕਟ ਕਰ ਲੈਂਦੇ, ਲੈ ਲੈਂਦੇ ਹੁੰਦੇ ਸੀ ਜੀ ਜੀ, ਕਿਉਂਕਿ ਉਹ ਇਹ ਸੋਹਣੇ ਬਹੁਤ ਲੱਗਦੇ ਸੀ ਗਰਾਊਂਡ ਦੇ ਵਿੱਚ ਹੈ ਨਾ। ਹਾਂਜੀ ਹਾਂਜੀ, ਉਹ ਕਬੱਡੀ ਮਤਲਬ ਇਹਨਾਂ ਨੂੰ ਦੇਖ ਕੇ ਕਬੱਡੀ ਬਾਹਲੀ ਸੋਹਣੀ ਲੱਗਦੀ ਹੁੰਦੀ ਸੀ, ਕਿਉਂਕਿ ਐਡੇ ਐਡੇ ਵਧੀਆ, ਅੱਜ ਵੀ ਦੇਖ ਲਓ ਤੁਸੀਂ ਉਹਨਾਂ ਨੂੰ, ਉਹ ਨਹੀਂ ਫਿੱਟ ਨੇ ਅੱਜ ਵੀ। ਹਾਂਜੀ ਹਾਂ, ਬਾਈ ਅੰਗਰੇਜ਼, ਭਿੰਦਰ, ਚਲੋ ਭੀਮਾ ਬਾਈ ਦੁਨੀਆਂ 'ਚ ਨਹੀਂ ਰਿਹਾ ਹੈ ਨਾ। ਹਾਂਜੀ ਹਾਂਜੀ, ਅਤੇ ਬਿੱਟੂ, ਹਾਂਜੀ, ਤੁਹਾਨੂੰ ਦੇਖ ਕੇ ਅੱਜ ਵੀ ਉਨਾ ਹੀ ਫਿੱਟ ਲੱਗਦੇ, ਦੇਖ ਕੇ ਬੰਦਾ ਕਹਿਣਾ ਵੀ ਕੋਈ ਸਪੋਰਟਸਮੈਨ ਆ। ਹਾਂ ਬਿਲਕੁਲ ਜੀ, ਬਿਲਕੁਲ ਜੀ, ਕਿਉਂਕਿ ਮਿਹਨਤ ਹੀ ਬਹੁਤ ਜ਼ਿਆਦਾ ਸੀ, ਮਿਹਨਤ ਹੁਣ ਵੀ ਬਹੁਤ ਕਰਦੇ ਨੇ। ਹਾਂਜੀ, ਖਾਣ ਪੀਣ ਦਾ ਇੰਨਾ ਖਿਆਲ ਧਿਆਨ ਰੱਖਦੇ, ਹੁਣ ਵੀ ਕਬੱਡੀ ਨਾਲ ਟੱਚ ਨੇ, ਟੱਚ ਨੇ, ਇਹ ਗੱਲ ਵੀ ਬਹੁਤ। ਹਾਂਜੀ 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 ਹਾਂਜੀ। ਅੱਛਾ ਬਾਈ ਜੀ, ਆਪਣੀ ਗੱਲ ਚੱਲੀ ਸੀ ਸਹਿਯੋਗ ਦੀ, ਜਿਸ ਤਰ੍ਹਾਂ ਤੁਸੀਂ ਇਹਨਾਂ ਦਾ ਜ਼ਿਕਰ ਕੀਤਾ, ਅਤੇ ਇਸ ਤੋਂ ਇਲਾਵਾ ਹੋਰ ਤੁਹਾਨੂੰ ਸਹਿਯੋਗ ਕਿਹਨਾਂ ਦਾ ਰਿਹਾ? ਬਾਕੀ ਪਿੰਡ ਦਾ ਸਹਿਯੋਗ ਮੇਰੇ ਨਾਲ ਦੇ ਮੁੰਡੇ ਰਾਜੂ ਹੋਣੀ ਖੇਡਦੇ ਸੀ, ਰਾਜੂ ਕਮਲ ਹੁੰਦਾ ਸੀ, ਹਾਂਜੀ, ਹਨੀ ਹੋਣੀ ਹੈ ਨਾ, ਜੈਂਦ ਗੋਲਡੀ ਜੀ ਜੀ, ਬਾਕੀ ਉਹ ਵੀ ਸਹਿਯੋਗ ਰਿਹਾ ਉਹਨਾਂ ਦਾ ਵੀ। ਹਾਂਜੀ, ਵਧੀਆ ਸੀ ਸਾਰੇ ਜੀ। ਅਤੇ ਅੱਜ ਦੇ ਦੌਰ ਦੀ ਗੱਲ ਕਰੀਏ, ਜਿਵੇਂ ਤੁਸੀਂ ਬਾਈ ਭੀਮੇ ਹੋਰਾਂ ਦਾ ਜ਼ਿਕਰ ਕੀਤਾ, ਤੁਹਾਡੇ ਮਨਪਸੰਦ ਖਿਡਾਰੀ ਸੀ ਆਪਣੇ ਬਿੱਟੂ ਬਾਈ ਜੀ। ਹਾਂ, ਬਿੱਟੂ ਬਾਈ ਮੈਂ ਆਪਣਾ ਮਨਪਸੰਦ ਸੀਗਾ ਜੀ। ਅਤੇ ਹੁਣ ਦੀ ਗੱਲ ਕਰੀਏ ਜੀ, ਅੱਜ ਦੇ ਟਾਈਮ 'ਚ ਵੈਸੇ ਮੈਂ ਹੁਣ ਕਬੱਡੀ ਰਜੇਵਿਆਂ 'ਚ ਵੀ ਰਹਿੰਦੇ ਹਾਂ ਹੈ ਨਾ, ਘੱਟ ਦੇਖ ਹੁੰਦੀ ਹੈ, ਬਾਕੀ ਖੁਸ਼ੀ ਵਧੀਆ ਜਾਫੀ ਹੈ ਨਾ। ਹਾਂਜੀ ਹਾਂਜੀ, ਖੁਸ਼ੀ ਵਧੀਆ ਵਾ। ਹਾਂਜੀ, ਅਤੇ ਦੁੱਲਾ ਰੇਡਰ ਵਧੀਆ ਵਾ। ਹਾਂਜੀ, ਵਧੀਆ ਨੇ ਰੇਡਰ ਹੁਣ ਦੇ ਟਾਈਮ 'ਚ, ਵਧੀਆ ਲੱਗਦੇ ਆ। ਹਾਂਜੀ ਹਾਂਜੀ। ਅਤੇ ਬਾਈ ਜੀ, ਫਿਰ ਕਬੱਡੀ ਕਰਕੇ ਤੁਹਾਨੂੰ ਇੰਨਾ ਮਾਣ ਸਨਮਾਨ ਮਿਲਿਆ, ਅੱਜ ਵੀ ਗਰਾਊਂਡਾਂ ਦੇ ਵਿੱਚ ਨਾਂ ਚੱਲਦਾ। ਹਾਂਜੀ, ਅਤੇ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਤੁਹਾਨੂੰ ਇਸ ਚੀਜ਼ ਤੋਂ? ਬਹੁਤ ਹੁੰਦੀ ਹੈ ਜੀ, ਜੋ ਵੀ ਪਹਿਚਾਣ ਬਣੀ ਹੈ ਨਾ। ਹਾਂਜੀ, ਕਬੱਡੀ ਕਰਕੇ ਬਣੀ ਆ। ਹਾਂਜੀ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਿਤੇ ਜਾਈਦਾ। ਹਾਂਜੀ, ਟੂਰਨਾਮੈਂਟ 'ਤੇ ਵੀ ਜਾਈਦਾ, ਮਾਣ ਸਤਿਕਾਰ ਮਿਲਦਾ। ਹਾਂਜੀ ਹਾਂਜੀ, ਅਤੇ ਬੱਚੇ ਵੀ ਕਈ ਵਾਰੀ ਨਾਲ ਹੁੰਦੇ ਆ ਜੋ ਕਿ ਮਿਲਦਾ ਆ ਕੇ, ਫਿਰ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਨਾ, ਫੋਟੋ ਫੋਟੋ ਖਿਚਾ ਲੈਂਦਾ, ਚਲੋ ਹਾਂਜੀ ਹੈ ਨਾ, ਜਦੋਂ ਮਿਲਦੇ ਹਾਂ ਹੁਣ ਚਿਰ ਬਾਅਦ। ਬਿਲਕੁਲ ਹਾਂਜੀ। ਅਤੇ ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਹੋ ਜੀ, ਕਿੰਨੇ ਬੱਚੇ ਦਾ ਪਰਿਵਾਰ 'ਚ? ਜੀ, ਮੇਰੇ ਮੰਮੀ ਡੈਡੀ, ਹਾਂਜੀ, ਮੇਰੇ ਬ੍ਰਦਰ ਦੀ ਫੈਮਿਲੀ ਹੈ ਸਾਰੀ, ਹੈ ਨਾ ਜੀ, ਅਸੀਂ ਰਹਿੰਦੇ, ਸਾਰੀ ਫੈਮਿਲੀ ਮੇਰੀ ਉੱਥੇ ਹੀ ਆ, ਕਨੇਡਾ ਹੀ ਰਹਿੰਦੇ ਹਾਂ। ਹਾਂਜੀ, ਅਤੇ ਮੇਰੀ ਪਰਿਵਾਰ ਮੇਰੀ ਵਾਈਫ ਆ ਜੀ, ਅਤੇ ਦੋ ਬੱਚੇ ਆ ਜੀ। ਜੀ ਹਾਂਜੀ। ਅਤੇ ਬੱਚਿਆਂ ਨੂੰ ਪਾਉਣਾ ਕਬੱਡੀ ਵਾਲੇ ਪਾਸੇ ਜੀ? ਨਹੀਂ, ਉੱਥੇ ਵੈਸੇ ਹੁਣ ਉਹ ਬਾਸਕਟਬਾਲ ਖੇਡਦਾ ਵੱਡਾ ਮੇਰਾ ਬੇਟਾ, 11 ਸਾਲਾਂ ਦਾ ਜੀ, ਛੋਟਾ ਹਜੇ 6 ਸਾਲਾਂ ਦਾ ਜੀ, ਬਾਕੀ ਉਹਨਾਂ ਦਾ ਅਜੇ ਇੰਟਰਸਟ ਹੋਇਆ ਹੈ ਨਾ ਆਪਸ ਵਿੱਚ, ਉੱਦਾਂ ਦੇਖਦੇ ਰਹਿੰਦੇ ਨਾਲ, ਟੂਰਨਾਮੈਂਟ ਜਦੋਂ ਮੈਂ ਜਾਂਦਾ ਵਾਂ ਤਾਂ ਨਾਲ ਲੈ ਜਾਂਦਾ ਹੁੰਦਾ। ਹਾਂਜੀ ਹਾਂਜੀ। ਅਤੇ ਬਾਕੀ ਉੱਥੇ ਜੇ ਕਬੱਡੀ ਖੇਡਣੀ ਆ ਤਾਂ ਫਿਰ ਇੰਡੀਆ ਦੇ ਵਿੱਚ ਸਟਾਰਟਿੰਗ ਤਾਂ ਇੱਥੋਂ ਹੀ ਜ਼ਿਆਦਾ ਹੁੰਦੀ ਆ ਹੈ ਨਾ। ਹਾਂਜੀ ਹਾਂਜੀ, ਕਿਉਂਕਿ ਸਮਾਂ ਮਿਲ ਜਾਂਦਾ ਇੱਥੇ, ਟਾਈਮ ਜ਼ਿਆਦਾ ਮਿਲ ਜਾਂਦਾ। ਹਾਂਜੀ, ਉੱਥੇ ਹੁਣ ਟਾਈਮ ਵੀ ਘੱਟ ਮਿਲਦਾ ਬੱਚਿਆਂ ਦੀ, ਉਹਨਾਂ ਕੋਲ ਵੀ ਟਾਈਮ ਘੱਟ ਆ। ਹਾਂਜੀ, ਅਤੇ ਕੰਮ ਕਾਰ ਕੀ ਬਾਈ ਉੱਧਰ ਕੈਨੇਡਾ ਦੇ? ਉੱਥੇ ਜੀ ਮੈਂ, ਮੇਰਾ ਕੰਸਟਰਕਸ਼ਨ ਦਾ ਵਾ। ਹਾਂਜੀ, ਜਿਵੇਂ ਰੈਨੋਵੇਸ਼ਨ, ਕੰਸਟਰਕਸ਼ਨ, ਬੇਸਮੈਂਟ ਬਣਾਉਣ ਦਾ, ਹਾਂਜੀ, ਉਹ ਮੇਰਾ ਆਪਣਾ ਕੰਮ ਆ। ਹਾਂਜੀ ਜੀ, ਹਾਂਜੀ। ਅਤੇ ਬੜਾ ਵਧੀਆ ਲੱਗਿਆ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਹਾਂਜੀ, ਬੜੀਆਂ ਵਧੀਆ ਗੱਲਾਂ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਆਪਣੀ ਜ਼ਿੰਦਗੀ ਦੀਆਂ। ਹਾਂਜੀ, ਸੋ ਹੁਣ ਲਾਸਟ ਦੇ ਵਿੱਚ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਕਬੱਡੀ ਪਲੇਅਰਾਂ ਨੂੰ, ਸਾਡੇ ਪ੍ਰਬੰਧਕ ਕਮੇਟੀਆਂ ਨੂੰ? ਬਸ ਮੈਸੇਜ ਤਾਂ ਹੁਣ ਜੀ, ਵੈਸੇ ਪਲੇਅਰ ਹੁਣ ਤਾਂ ਅੱਜ ਕੱਲ੍ਹ ਪੜ੍ਹੇ ਲਿਖੇ ਆ, ਸਿਆਣੇ ਆ ਸਾਰੇ ਹੀ, ਹੈ ਨਾ, ਪਤਾ ਹੀ ਉਹਨਾਂ ਨੂੰ ਸਾਰਿਆਂ ਨੂੰ, ਮੈਸੇਜ ਤਾਂ ਕੁਛ ਨਹੀਂ ਹੈਗਾ। ਬਾਕੀ ਇਹ ਆ ਵੀ ਫੈਡਰੇਸ਼ਨਾਂ ਜਿੰਨੀਆਂ, ਮੈਂ ਤਾਂ ਕਹਿੰਦਾ ਵੀ ਜਿੰਨੀਆਂ ਫੈਡਰੇਸ਼ਨਾਂ ਵੱਧ ਬਣਨਗੀਆਂ ਨਾ, ਓਨਾ ਹੀ ਖਿਲਾਰਾ ਜ਼ਿਆਦਾ ਪਊਗਾ। ਫੈਡਰੇਸ਼ਨ ਇੱਕ ਹੋਣੀ ਚਾਹੀਦੀ ਆ। ਹਾਂਜੀ, ਜਿੰਨਾ ਚਿਰ ਇੱਕ ਫੈਡਰੇਸ਼ਨ ਨਹੀਂ ਹੁੰਦੀ, ਹਾਂਜੀ, ਓਨਾ ਚਿਰ ਤੁਸੀਂ ਸਖਤੀ ਨਹੀਂ ਕਰ ਸਕਦੇ। ਬਿਲਕੁਲ, ਹੈ ਨਾ। ਬਾਕੀ ਹੁਣ ਪਿੰਡਾਂ ਵਾਲੇ ਟੂਰਨਾਮੈਂਟਾਂ ਦੇ ਜਿਵੇਂ ਤਿੰਨ ਤਿੰਨ ਬਾਹਰੋਂ ਖੇਡੀ ਜਾਂਦੇ ਹੈ ਨਾ, ਹਾਂਜੀ, ਉਹ ਵੀ ਥੋੜ੍ਹਾ ਜਿਹਾ ਮੈਂ ਕਹਿੰਦਾ ਵੀ ਜ਼ਿਆਦਾ
ਤਿੰਨ ਬਾਹਰੋਂ 'ਚ ਪਿੰਡ ਦੀ ਟੀਮ ਤਾਂ ਰਹਿ ਹੀ ਨਹੀਂ ਗਈ ਜੀ। ਬਿਲਕੁਲ ਜੀ ਬਿਲਕੁਲ ਜੀ, ਚਾਰ ਟੀਮਾਂ, ਚਾਰ ਪਲੇਅਰ ਬਾਹਰੋਂ ਹੋ ਗਏ, ਤਿੰਨ ਬਾਹਰੋਂ ਹੋ ਗਏ। ਹਾਂਜੀ ਹਾਂਜੀ, ਉਹਦੇ ਵਿੱਚ ਦੋ ਜਾਫੀ ਹੋ ਗਏ, ਦੋ ਰੇਡਰ ਹੋ ਗਏ, ਅਤੇ ਪਲੇਅਰ ਪਿੰਡ ਵਾਲਾ ਪਲੇਅਰ ਕੀ ਕਰੂਗਾ? ਹਾਂਜੀ, ਹੈ ਨਾ? ਬਿਲਕੁਲ, ਅਤੇ ਬਾਹਰੋਂ ਹੋਣਾ ਚਾਹੀਦਾ ਇੱਕ ਪਲੇਅਰ ਬਸ। ਬਿਲਕੁਲ, ਹੈ ਨਾ? ਪਿੰਡ ਲੈਵਲ ਤੋਂ ਜੇ ਸਟਾਰਟ ਕਰਾਂਗੇ ਤਾਂ ਹੀ ਥੋੜ੍ਹਾ ਜਿਹਾ ਸੁਧਾਰ ਆਊਗਾ। ਹਾਂਜੀ, ਅਤੇ ਕਬੱਡੀ ਨਹੀਂ ਤਾਂ ਫਿਰ ਜਿਵੇਂ ਹੁਣ ਫੈਡਰੇਸ਼ਨਾਂ, ਕਿੰਨੀਆਂ ਫੈਡਰੇਸ਼ਨਾਂ ਬਣ ਗਈਆਂ ਜੀ। ਹਾਂਜੀ, ਹੈ ਨਾ? ਜੇ ਹੁਣ ਮੰਨ ਲਓ ਵੀ ਤੁਸੀਂ ਕੋਈ ਇੱਕ ਪਲੇਅਰ ਕੋਈ ਗਲਤੀ ਕਰਦਾ, ਜੇ ਇੱਕ ਫੈਡਰੇਸ਼ਨ ਬੈਨ ਕਰਦੀ ਆ ਤਾਂ ਦੂਸਰੀ ਫੈਡਰੇਸ਼ਨ ਉਹਨੂੰ ਖਿਲਾ ਰਹੀ ਆ, ਹੈ ਨਾ? ਉਹ ਸਖਤੀ ਨਹੀਂ ਕਰ ਸਕਦੇ ਆਪਾਂ। ਹਾਂਜੀ, ਫੈਡਰੇਸ਼ਨ ਇੱਕ ਹੋਵੇ, ਬਿਲਕੁਲ ਜੀ, ਹਾਂ, ਸੰਸਥਾਵਾਂ ਬਣ ਜਾਣ ਅਤੇ, ਪਰ ਫੈਡਰੇਸ਼ਨ ਇੱਕੋ ਝੰਡੇ ਥੱਲੇ, ਉਹਨਾਂ ਦੇ ਰੂਲ ਰੈਗੂਲੇਸ਼ਨ ਇੱਕ ਹੋਣ, ਕੋਈ ਇੱਕ ਬੈਨ ਕਰਦਾ ਤਾਂ ਇੱਕ ਬੈਨ, ਸਾਰੇ ਬੈਨ ਕਰੋ। ਬਿਲਕੁਲ, ਹੈ ਨਾ? ਹੁਣ ਕੈਨੇਡਾ ਨੇ ਕਬੱਡੀ, ਨੁਕਸਾਨ ਕਿੱਡਾ ਹੋਇਆ, ਕੈਨੇਡਾ ਨੇ ਕਬੱਡੀ ਨਹੀਂ ਕਰਾਈ। ਬਿਲਕੁਲ, ਪਿਛਲੇ ਸਾਲ ਬਹੁਤ ਨੁਕਸਾਨ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੋਇਆ ਪਲੇਅਰਾਂ ਦਾ। ਬਿਲਕੁਲ, ਅਤੇ ਉਹ ਆਹੀ ਟਾਈਮ ਹੁੰਦਾ ਪਲੇਅਰਾਂ ਦਾ, ਹੈ ਨਾ? ਪੈਸੇ ਬਣਾਉਣ ਦਾ ਵੀ ਹੁਣ ਹੀ ਟਾਈਮ ਆ। ਬਿਲਕੁਲ ਜੀ ਬਿਲਕੁਲ, ਅਤੇ ਉਹਨਾਂ ਨੂੰ ਇੱਕ ਰੈਗੂਲੇਸ਼ਨ, ਰੂਲ ਰੈਗੂਲੇਸ਼ਨ ਇੱਕ ਹੋਣੇ ਚਾਹੀਦੇ ਆ, ਇੱਕੋ ਫੈਡਰੇਸ਼ਨ ਦੇ ਅੰਡਰ ਹੋਣਾ ਚਾਹੀਦਾ ਸਾਰਿਆਂ ਨੂੰ। ਹਾਂਜੀ ਹਾਂਜੀ, ਅਤੇ ਸਾਰੇ ਵਰਲਡ ਦੀ ਇੱਕ ਫੈਡਰੇਸ਼ਨ ਹੋਣੀ ਚਾਹੀਦੀ ਹੈ, ਮੈਂ ਤਾਂ ਕਹਿੰਦਾ। ਬਿਲਕੁਲ ਜੀ, ਸਾਰੇ ਰੂਲ ਰੈਗੂਲੇਸ਼ਨ ਇੱਕ ਹੋਣ, ਇੱਕੋ ਇੱਕੋ ਥਾਂ 'ਤੇ ਇਕੱਠ ਮੀਟਿੰਗ ਹੋਵੇ। ਬਿਲਕੁਲ ਜੀ, ਅਤੇ ਉਹਨਾਂ ਨਾਲ ਪਲੇਅਰਾਂ ਦਾ ਬਹੁਤ ਜ਼ਿਆਦਾ ਵੱਡਾ ਫਾਇਦਾ। ਬਿਲਕੁਲ ਜੀ, ਨਾਲੇ ਜਿਹੜੀ ਗੱਲ ਆਪਾਂ ਗੱਲ ਕਰਦੇ ਵੀ ਓਲੰਪਿਕ ਦੇ ਵਿੱਚ ਜਾਂ ਗੱਡੀ, ਠੀਕ ਹੈ ਵੀ ਹੁਣ ਕਬੱਡੀ ਦੇ ਵਿੱਚ ਆਪਾਂ ਪੈਸਾ ਬਹੁਤ ਆ ਗਿਆ। ਹਾਂਜੀ, ਠੀਕ ਹੈ, ਕਬੱਡੀ ਬਹੁਤ ਉੱਚੀ ਚਲੀ ਗਈ, ਪਰ ਜੋ ਮੁਕਾਮ ਜਿਵੇਂ ਅੱਗੇ ਏਸ਼ੀਆ ਦੇ ਵਿੱਚ ਹੋਵੇ ਜਾਂ ਆਪਾਂ ਗੱਲ ਕਰੀਏ ਓਲੰਪਿਕ ਦੇ ਵਿੱਚ ਹੋਵੇ, ਤਾਂ ਫਿਰ ਉਹ ਇੱਦਾਂ ਦੀ ਗੱਲਬਾਤ ਕਿਤੇ ਲੱਗਦੀ ਨਹੀਂ। ਨਹੀਂ ਜੀ, ਹਜੇ ਤਾਂ ਬਹੁਤ ਦੂਰ ਹਾਂ ਆਪਾਂ, ਕਿਉਂਕਿ ਆਪਾਂ ਤਾਂ ਹਜੇ ਕਬੱਡੀ, ਮੈਂ ਕਹਿੰਦਾ ਵੀ ਆਪਣੇ ਇੰਡੀਆ 'ਚ ਹੀ ਨਹੀਂ ਮਾਨਤਾ ਆਪਾਂ ਨੂੰ ਮਿਲਦੀ ਮਿਲੀ ਹਜੇ, ਹੈ ਨਾ? ਆਪਾਂ ਓਲੰਪਿਕ ਦੀ ਗੱਲ ਤਾਂ ਕਰਦੇ ਹਾਂ। ਹਾਂਜੀ, ਕਿਉਂਕਿ ਕਬੱਡੀ ਨੂੰ ਇੰਡੀਆ, ਪੰਜਾਬ ਅਤੇ ਵਿੱਚੋਂ, ਉਦੋਂ ਬਾਅਦ ਹਰਿਆਣਾ, ਦੋ ਸਟੇਟਾਂ ਖੇਡਦੀਆਂ। ਹਾਂਜੀ, ਹੈ ਨਾ? ਅਤੇ ਮਾਨਤਾ ਤਾਂ ਬਹੁਤ, ਹਜੇ ਤਾਂ ਓਲੰਪਿਕ ਤਾਂ ਏਸ਼ੀਆ, ਉਦੋਂ ਬਾਅਦ ਸਟੈਪ ਬਾਏ ਸਟੈਪ ਹੀ ਜਾਣਾ, ਉਦੋਂ ਬਾਅਦ ਓਲੰਪਿਕ ਫੇਰ ਆਉਣੀ ਆ। ਬਿਲਕੁਲ, ਅਤੇ ਸੁਧਾਰਾਂ ਦੀ ਬਹੁਤ ਜ਼ਿਆਦਾ ਲੋੜ ਆ, ਅਤੇ ਇੱਕੋ ਫੈਡਰੇਸ਼ਨ ਦੇ ਅੰਡਰ ਖੇਡਣਗੇ ਤਾਂ ਵਧੀਆ, ਰੂਲ ਰੈਗੂਲੇਸ਼ਨ ਕਾ ਇੱਕ ਹੋਣਗੇ ਤਾਂ ਵਧੀਆ ਹੋਣਗੇ। ਬਾਕੀ ਪੈਸਾ ਮੈਂ ਕਹਿੰਦਾ ਹੋਰ ਆਉਣਾ ਚਾਹੀਦਾ ਪੈਸਾ ਕਬੱਡੀ 'ਚ, ਪਰ ਵਧੀਆ ਤਰੀਕੇ ਨਾਲ ਵੰਡਿਆ ਜਾਣਾ ਚਾਹੀਦਾ। ਹਾਂਜੀ, ਹੈ ਨਾ? ਕਿਉਂਕਿ ਜਿਹੜੀ ਗੇਮ ਦੇ ਵਿੱਚ ਪੈਸਾ ਵਾ, ਹੁਣ ਬਾਹਰਲੀਆਂ ਗੇਮਾਂ ਦੇਖ ਲਓ ਤੁਸੀਂ, ਬਾਸਕਟਬਾਲ ਆ, ਸੋਕਰ ਆ, ਕ੍ਰਿਕਟ ਆ, ਮਿਲੀਅਨ ਮਿਲੀਅਨ ਡਾਲਰ ਬਣਾਉਂਦੇ, ਹੈ ਨਾ? ਪੈਸਾ ਤਾਂ, ਪੈਸਾ ਹੋਰ ਹੋਣਾ ਚਾਹੀਦਾ ਵੀ ਜਿਹੜਾ ਬੰਦੇ ਨੇ ਕਬੱਡੀ ਖੇਡੀ ਆ ਉਹਨੂੰ ਬਾਅਦ 'ਚੋਂ ਉਹਦੀ ਲਾਈਫ ਵਧੀਆ ਲੰਘੇ। ਹਾਂਜੀ, ਕਿਉਂਕਿ ਇੱਕ ਜਿਹੜਾ ਕੋਈ ਪਲੇਅਰ ਆ ਨਾ, ਉਹ ਇੱਕ ਸਪੈਸ਼ਲ ਆ ਬੰਦਾ, ਹੈ ਨਾ? ਬਿਲਕੁਲ, ਕੋਈ ਵੀ ਕਿਸੇ ਵੀ ਗੇਮ ਦੇ ਵਿੱਚ। ਹਾਂਜੀ, ਅਤੇ ਉਹਨੂੰ ਉਹਨੂੰ ਪੈਸਾ ਉਹਦੇ ਕੋਲ, ਬੰਦਾ ਫਾਈਨੈਂਸ਼ੀਅਲੀ ਸਟਰੋਂਗ ਹੋਵੇ ਬੰਦਾ, ਵੀ ਉਹਨੂੰ ਕਿਤੇ ਕੋਈ ਬਾਅਦ 'ਚੋਂ ਕੋਈ ਤੰਗੀ ਨਾ ਦੇਖਣੀ ਪਵੇ। ਹੁਣ ਤੁਸੀਂ ਪੁਰਾਣੇ ਪਲੇਅਰ, ਤੁਸੀਂ ਸਾਡੇ ਨੂੰ ਵੱਧ ਦੇਖਦੇ ਹੋ, ਮਿਲਦੇ ਹੋ, ਕਿੰਨੇ ਪਲੇਅਰਾਂ ਦੀ ਹਾਲਤ ਖਰਾਬ ਆ, ਬਹੁਤ ਬੁਰੇ ਹਾਲਤ, ਹੈ ਨਾ? ਜਿਨ੍ਹਾਂ ਨੇ ਕਬੱਡੀ ਬੜੀ ਟੌਪ ਦੀ ਖੇਡੀ ਆ। ਹਾਂਜੀ ਹਾਂਜੀ, ਅਤੇ ਬੰਦੇ ਦੀ ਜ਼ਿੰਦਗੀ ਵਧੀਆ ਲੰਘੇ। ਬਿਲਕੁਲ ਜੀ ਬਿਲਕੁਲ, ਜਿਹੜੇ ਆਪਣਾ ਜਵਾਨੀ ਦਾ ਟਾਈਮ ਕਬੱਡੀ 'ਚ ਵੇਸਟ ਕੀਤਾ। ਹਾਂਜੀ ਹਾਂਜੀ, ਅਤੇ ਉਹਦੀ ਜੇ ਬਾਅਦ 'ਚੋਂ ਉਹਨੂੰ ਜਿਹਦੀ ਜ਼ਿੰਦਗੀ ਖਰਾਬ, ਮਤਲਬ ਵਧੀਆ ਲਾਈਫ ਨਹੀਂ ਲੰਘ ਰਹੀ, ਫਿਰ ਫਾਇਦਾ ਨਹੀਂ ਕੋਈ। ਬਿਲਕੁਲ ਜੀ, ਨੌਕਰੀਆਂ ਦੀ ਬਹੁਤ ਵੱਡੀ ਘਾਟ ਆ। ਹਾਂ, ਨੌਕਰੀਆਂ ਦੀ ਬਹੁਤ ਵੱਡੀ ਘਾਟ ਆ। ਹੁਣ ਤੁਸੀਂ ਪਾਕਿਸਤਾਨ 'ਚ ਦੇਖ ਲਓ, ਪਲੇਅਰ ਕੋਈ ਵੀ ਵਧੀਆ ਹੁੰਦਾ ਤਾਂ ਉਹਨੂੰ ਨਾਲ ਹੀ ਨੌਕਰੀ ਮਿਲਦੀ ਆ, ਮਿਲ ਜਾਂਦੀ, ਹਰਿਆਣੇ 'ਚ ਮਿਲਦੀ ਆ। ਬਿਲਕੁਲ, ਆਪਣੇ ਸਿਰਫ 2010 'ਚ ਜਿਹੜੀ ਪਹਿਲੀ ਟੀਮ ਖੇਡੀ ਆ ਉਹਨੂੰ ਨੌਕਰੀਆਂ ਮਿਲ ਗਈਆਂ, ਬਹੁਤ ਵਧੀਆ ਗੱਲ ਆ, ਮਿਲਦੀਆਂ ਵਾ ਨਾ? ਹਾਂਜੀ ਹਾਂਜੀ, ਅਤੇ ਨੌਕਰੀਆਂ ਜਿਹੜੇ ਮੁੰਡੇ ਤਕੜੇ ਹੁੰਦੇ ਆ ਉਹਨੂੰ ਨੌਕਰੀਆਂ ਦੇਣੀ ਚਾਹੀਦੀਆਂ। ਬਿਲਕੁਲ, ਮਹਿਕਮਿਆਂ ਦੇ ਵਿੱਚ ਹੋਣੀਆਂ ਚਾਹੀਦੀਆਂ ਜੀ। ਹਾਂਜੀ, ਸਪੋਰਟਸ ਕੋਟੇ ਦੇ ਵਿੱਚ, ਅਤੇ ਨੌਕਰੀ ਆ ਬੰਦੇ ਦੀ ਲਾਈਫ ਸੈੱਟ ਆ। ਹਾਂਜੀ ਹਾਂਜੀ, ਹੈ ਨਾ? ਅਤੇ ਨੈਸ਼ਨਲ ਸਟਾਈਲ ਕਬੱਡੀ ਦੇਖੋ। ਹਾਂਜੀ, ਰੂਲਾਂ ਦੇ ਕਰਕੇ ਕਿੱਥੇ ਗਈ ਕਿ ਨੈਸ਼ਨਲ ਸਟਾਈਲ? ਹਾਂ, ਤੁਹਾਡੀ ਆ ਗੱਲ ਸਹੀ ਹੈ ਬਿਲਕੁਲ, ਕਿੰਨੀ ਵਧੀਆ ਲੀਗ ਹੁੰਦੀ ਆ, ਕਿੰਨਾ ਡਿਸਿਪਲਨਲ ਆ। ਬਿਲਕੁਲ, ਹੈ ਨਾ? ਡਿਸਿਪਲਨ ਦੇ ਕਰਕੇ ਕਿੰਨਾ ਵਧੀਆ, ਕਿੰਨੇ ਲੋਕ ਉਹਨੂੰ ਦੇਖਦੇ, ਕਿੰਨਾ ਪਿਆਰ ਕਰਦੇ, ਕਿੰਨਾ ਪਸੰਦ ਕਰਦੇ, ਕਿੰਨਾ ਨਾਲੇ ਪੈਸਾ ਵਧੀਆ ਉਹਦੇ ਵਿੱਚ। ਹਾਂਜੀ, ਅਤੇ ਉੱਧਰ ਨੂੰ ਉਹਦੇ ਵਿੱਚ ਨੌਕਰੀਆਂ ਵੀ ਨੇ, ਹੈ ਨਾ? ਬਿਲਕੁਲ,
ਅਤੇ ਇਹੀ ਆ ਵੀ ਥੋੜ੍ਹਾ ਜਿਹਾ ਆਪਣਾ ਮੈਂ ਤਾਂ ਵੱਡਾ ਕਾਰਨ ਫੈਡਰੇਸ਼ਨਾਂ ਦਾ ਮੰਨਦਾ ਜੀ, ਫੈਡਰੇਸ਼ਨਾਂ ਬਾਹਲੀਆਂ ਜ਼ਿਆਦਾ ਹੋ ਗਈਆਂ। ਹਾਂਜੀ, ਫੈਡਰੇਸ਼ਨਾਂ ਜ਼ਿਆਦਾ ਹੋਣ ਕਰਕੇ ਹੀ ਨੁਕਸਾਨ ਹੋਣਾ ਆਪਣਾ, ਨਹੀਂ ਤਾਂ ਵੈਸੇ ਪੈਸਾ ਵਧੀਆ ਵਾ, ਪੈਸਾ ਹੋਰ ਆਉਣਾ ਚਾਹੀਦਾ, ਪਲੇਅਰਾਂ ਨੂੰ ਪੈਸੇ ਬਣਨੇ ਚਾਹੀਦੇ ਹੋਰ ਵਧੀਆ ਤਰੀਕੇ ਨਾਲ, ਵੰਡ ਹੋਣੀ ਚਾਹੀਦੀ ਹੈ ਥੱਲੇੜੇ ਲੈਵਲ ਤੋਂ, ਹੈ ਨਾ। ਹਾਂਜੀ, ਪਿੰਡਾਂ ਦੇ ਮੈਚ ਹੋਣੇ ਚਾਹੀਦੇ ਆ ਪਰ ਇੱਕ ਪਲੇਅਰ ਬਾਹਰੋਂ। ਹਾਂਜੀ ਬਿਲਕੁਲ, ਹੈ ਨਾ, ਬਿਲਕੁਲ ਜੀ, ਕਿਉਂਕਿ ਪਿੰਡ ਵਾਲੀ ਕਬੱਡੀ ਤਾਂ ਬਿਲਕੁਲ ਹੀ, ਹੁਣ ਜੇ ਆਪਾਂ ਕਹਿ ਲਈਏ ਮਾਲਵੇ ਦੇ ਵਿੱਚ ਪਹਿਲਾਂ ਪਿੰਡ ਓਪਨ ਦੇ ਕਿੰਨੇ ਟੂਰਨਾਮੈਂਟ ਹੁੰਦੇ ਸੀ, ਬਹੁਤ, ਹੁਣ ਕਿੰਨੇ ਕੁ ਹੁੰਦੇ ਜੀ? ਮੈਨੂੰ ਲੱਗਦਾ ਨਹੀਂ ਹੁਣ ਆਪਣੇ ਸਾਡੇ ਇੱਥੇ, ਤੁਸੀਂ ਦੇਖ ਲਓ ਵੀ ਸਾਡੇ ਮਾਲਵੇ ਦੇ ਵਿੱਚ ਕੋਈ ਪਲੇਅਰ ਵਧੀਆ ਹੈਗਾ। ਬਿਲਕੁਲ ਜੀ, ਉਸ ਤੋਂ ਬਾਅਦ ਇੱਕ ਦੌਰ ਸੀਗਾ ਜਦੋਂ ਕਿੰਨੇ, ਸੋਰੀ ਮਾਲਵਾ ਮੈਂ ਕਹੀ ਜਾਂਦਾ, ਲੁਧਿਆਣੇ ਜ਼ਿਲ੍ਹੇ 'ਚ, ਮਾਲਵੇ 'ਚ ਤਾਂ ਹੈਗੇ ਨੇ, ਲੁਧਿਆਣੇ ਜ਼ਿਲ੍ਹੇ 'ਚ ਮੈਨੂੰ ਲੱਗਦਾ ਨਹੀਂ ਕੋਈ ਜਿਹੜਾ ਵੀ ਪੂਰਾ ਅੱਗੇ ਲੁਧਿਆਣੇ ਜ਼ਿਲ੍ਹੇ 'ਚ ਦੇਖ ਲਓ ਤੁਸੀਂ। ਬਿਲਕੁਲ ਜੀ ਬਿਲਕੁਲ, ਹਰੇਕ ਪਿੰਡ ਦੇ ਵਿੱਚ ਕਿੰਨੇ ਕੁ ਪਲੇਅਰ, ਕਿੰਨੀਆਂ ਟੀਮ, ਕਿੰਨੇ ਗੁਲਜ਼ਾਰ ਗੁੱਕ ਗੱਗੀ ਹੋਣੀ, ਹੈ ਨਾ, ਕਿੰਨੇ ਰੇਡਰ ਸੀਗੇ, ਜਾਫੀ ਸੀ। ਬਿਲਕੁਲ, ਅਤੇ ਆਹ ਹੁਣ ਸਾਡੇ ਨੇੜੇ ਤੇੜੇ ਮੈਨੂੰ ਲੱਗਦਾ ਨਹੀਂ ਕੋਈ ਪਲੇਅਰ ਹੈਗਾ, ਹੈ ਨਾ। ਉਹਦਾ ਕਾਰਨ ਇਹੀ ਆ ਵੀ ਪਿੰਡ ਲੈਵਲ ਦੀ ਕਬੱਡੀ ਖਤਮ ਹੋ ਗਈ। ਹਾਂਜੀ, ਆਲ ਚੱਲ ਪਈ। ਹਾਂਜੀ ਹਾਂਜੀ, ਆਲ ਦੇ ਵਿੱਚ ਜੇ ਮੇਰੇ ਕੋਲ ਚਾਰ ਪੈਸੇ ਆ, ਮੈਂ ਪੈਸੇ ਲਾ ਰਿਹਾ, ਮੈਂ ਚਾਰ ਪਲੇਅਰ ਖਰੀਦ ਕੇ ਆਪਣੇ ਪਿੰਡ 'ਚੋਂ ਖਿਲਾ ਲਏ ਜੀ, ਅਤੇ ਮੇਰੇ ਪਿੰਡ ਦੇ ਨੂੰ ਤਾਂ ਕੋਈ ਫਾਇਦਾ ਨਹੀਂ ਨਾ ਜਿਹੜੇ ਖੇਡ ਰਹੇ, ਇਕੱਲਾ ਨਾ ਹੀ ਆਇਆ ਪਿੰਡ ਦਾ, ਫਿਰ ਪਿੰਡ ਦਾ ਖਿਡਾਰੀ ਦਾ ਕੋਈ ਉਹਦਾ ਫਾਇਦਾ ਕੋਈ, ਜਿਵੇਂ ਉਹਨਾਂ 'ਚ ਸੋਨੀ ਦੇ ਨਾਲ ਸੋਨੀ ਸਨੇਹ 'ਤੇ ਪਿਆ, ਕੋਈ ਇੱਦਾਂ ਦਾ ਨਾਂ ਬਣ ਜੂ। ਹਾਂਜੀ ਹਾਂਜੀ ਹਾਂਜੀ, ਬਸ 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 ਇਹੀ ਗੱਲ ਆ ਜੀ। ਬਾਕੀ ਜਦੋਂ ਕੋਈ ਖਿਡਾਰੀ ਤਕੜਾ ਹੋ ਜਾਂਦਾ ਪਿੰਡ ਦਾ, ਉਹ ਬਾਹਰ ਆਉਣ ਵਾਲੇ ਪਾਸੇ ਵਗ ਜਾਂਦਾ, ਪਿੰਡ ਵਾਲੇ ਫਿਰ ਰਹਿ ਜਾਂਦੇ ਹੋ? ਫਿਰ ਰਹਿ ਜਾਂਦੇ। ਚਲੋ ਉਹ ਤਾਂ ਵੈਸੇ ਹੋਣਾ ਹੀ ਆ, ਕਿਉਂਕਿ ਅਸੀਂ ਵੀ ਇਵੇਂ ਆ, ਜਦੋਂ ਅਸੀਂ ਕੋਈ ਪਲੇਅਰ ਤਕੜਾ ਹੁੰਦਾ ਉਹਨੂੰ ਦੂਜੀ ਅਕੈਡਮੀ ਨੂੰ ਲੈ ਲੈਣਾ, ਪਰ ਇਹ ਆ ਵੀ ਜਦੋਂ ਤੁਸੀਂ ਪਿੰਡ ਦੇ ਮੈਚ ਖੇਡਦੇ ਆ, ਇੱਕ ਪਲੇਅਰ ਤਕੜਾ ਹੋ ਗਿਆ ਉਹ ਚੱਲਿਆ ਗਿਆ, ਉਹਦੇ ਨਾਲ ਪਿੱਛੇ ਮੁੰਡੇ ਉੱਠੀ ਜਾਂਦੇ ਆ, ਜੁੜੀ ਜਾਂਦੇ ਆ, ਹੈ ਨਾ। ਜਦੋਂ ਤੁਸੀਂ ਪਿੰਡ ਦੀ ਟੀਮ ਹੀ ਹੈ ਨਹੀਂ ਗੀ, ਚਾਰ ਪਲੇਅਰ ਬਾਹਰੋਂ ਨੇ, ਚਾਰ ਆਲ ਓਪਨ ਖੇਡੀ ਜਾਂਦੇ ਆ, ਅਤੇ ਉਹਦੇ ਨਾਲ ਪਲੇਅਰ ਉੱਠਣੇ ਨਹੀਂ, ਬਿਲਕੁਲ ਪਲੇਅਰ ਨਹੀਂ ਉੱਠਣੇ। ਹਾਂਜੀ, ਬਾਕੀ ਇਹ ਹੈ ਜੀ, ਇਹਦੇ ਵਿੱਚ ਇੱਕ ਜਿਵੇਂ ਹੁਣ ਆਪਾਂ ਗੱਲ ਕਰਦੇ ਸੀ ਫੈਡਰੇਸ਼ਨਾਂ ਦੇ ਨਾਲ ਨਾਲ, ਕੋਚਿੰਗ ਦੀ ਬਹੁਤ ਵੱਡੀ ਘਾਟ ਆ ਜੀ। ਹਾਂਜੀ, ਕੋਚ ਵਧੀਆ ਕੋਚ ਨਹੀਂ ਹੈਗੇ ਕਬੱਡੀ ਦੇ ਵਿੱਚ, ਅਤੇ ਹੁਣ ਜਿਹੜਾ ਕੋਚ ਆ, ਕੋਚ ਨੂੰ ਕਬੱਡੀ ਟੀਮ ਦੇ ਵਿੱਚ ਕੀ ਚੱਲ ਰਿਹਾ, ਹੈ ਨਾ, ਕਿਤੇ ਉਹਨੂੰ ਪਤਾ ਨਹੀਂ ਹੈਗਾ। ਕੋਚ ਨੂੰ 100% ਪਤਾ ਵੀ ਮੇਰੀ ਪਲੇਅਰ, ਮੇਰੀ ਟੀਮ ਦੇ ਵਿੱਚ ਕਿਹੜੇ ਕਿਹੜੇ ਪਲੇਅਰ ਨੇ, ਕਿੱਦਾਂ ਦੀ ਮਿਹਨਤ ਕਰਦੇ ਆ, ਕਿੱਦਾਂ ਦੀ ਖੁਰਾਕ ਖਾਂਦੇ ਆ। ਹਾਂਜੀ, ਉਹ ਕੋਚ ਤੋਂ, ਜੇ ਕੋਚ ਨੂੰ ਪਤਾ ਨਹੀਂ ਹੈਗਾ ਫਿਰ ਉਹ ਕੋਚ ਨਹੀਂ ਹੈਗਾ, ਹੈ ਨਾ। ਅਤੇ ਕੋਚ ਵਧੀਆ ਕੋਚਾਂ ਦੀ ਬਹੁਤ ਵੱਡੀ ਘਾਟ ਆ। ਹੁਣ ਸਾਡੇ ਟਾਈਮ 'ਚ ਸ਼੍ਰੀ ਦੇਵੀ ਦਿਆਲ ਜੀ ਸੀਗੇ, ਅਤੇ ਨਾਲ ਉਹਨਾਂ ਨੇ ਬੈਠ ਕੇ ਸਾਡੀ ਇੱਕੋ ਗੱਡੀ 'ਚ ਜਾਣਾ, ਅਸੀਂ ਇੱਕੋ ਗੱਡੀ 'ਚ ਵਾਪਸ ਆਉਣਾ, ਹੈ ਨਾ। ਹਾਂਜੀ, ਅਤੇ ਜੋ ਅਸੀਂ ਖਾਂਦੇ ਪੀਂਦੇ ਸੀ, ਖੁਰਾਕ ਖਾਂਦੇ ਸੀ, ਜੋ ਵੀ, ਹੈ ਨਾ, ਸਾਨੂੰ ਮੈਚ ਤੋਂ ਪਹਿਲਾਂ ਮੈਂਟਲੀ ਸਟਰੋਂਗ ਕਰਨਾ ਉਹਨਾਂ ਨੇ। ਹਾਂਜੀ, ਅਤੇ ਵੀ ਕਿਵੇਂ ਮੈਚ ਖੇਡਣਾ, ਤਕਨੀਕ ਬਣਾਉਣੀ ਸਾਰੀ, ਉਹ ਵਧੀਆ ਕੋਚਾਂ ਦੀ ਬਹੁਤ ਵੱਡੀ ਘਾਟ ਆ ਜੀ। ਹਾਂਜੀ, ਹੈ ਨਾ, ਜੇ ਕਿਤੇ ਕਿਸੇ ਮੈਚ ਦੇ ਵਿੱਚ ਰੌਲਾ ਵੀ ਪੈ ਜਾਣਾ, ਹੈ ਨਾ, ਸਾਨੂੰ ਉਹਨਾਂ ਨੇ ਬੋਲਣ ਨਹੀਂ ਸੀ ਦਿੰਦੇ ਹੁੰਦੇ ਵੀ ਤੁਹਾਡੀ ਐਨਰਜੀ ਵੇਸਟ ਹੁੰਦੀ ਆ, ਹਾਂਜੀ, ਤੁਸੀਂ ਚੁੱਪ ਕਰੋ ਮੈਂ ਗੱਲ ਕਰਦਾ ਆਪੇ। ਇੱਦਾਂ ਵਾ ਵੀ ਕੋਚਾਂ ਦੀ ਬਹੁਤ ਵੱਡੀ ਘਾਟ ਆ ਜੀ, ਹੈ ਨਾ। ਵਧੀਆ ਕੋਚ ਹੋਣੇ ਚਾਹੀਦੇ ਨੇ ਮੈਂ ਤਾਂ ਕਹਿੰਦਾ, ਅਤੇ ਥੋੜ੍ਹਾ ਜਿਹਾ ਇਹ ਇਹ ਹੋਣੇ ਤਾਂ ਨੇ ਜੇ ਥੋੜ੍ਹੀਆਂ ਫੈਡਰੇਸ਼ਨਾਂ ਇੱਕ ਹੋਣਗੀਆਂ, ਹੈ ਨਾ। ਵਧੀਆ ਹੁਣ ਦੇਖ ਲਓ ਤੁਸੀਂ ਕਬੱਡੀ ਮੈਚ ਹੁੰਦੇ ਨੇ, ਟੂਰਨਾਮੈਂਟ ਹੁੰਦੇ ਨੇ, ਕਿੰਨਾ ਬੰਦਿਆਂ ਨੂੰ ਰੁਜ਼ਗਾਰ ਮਿਲਿਆ। ਬਿਲਕੁਲ, ਹੈ ਨਾ, ਅੱਗੇ ਵਾਲੀ ਗੱਲ ਤਾਂ ਹੈ ਨਹੀਂ ਹੁਣ। ਬਿਲਕੁਲ ਜੀ, ਬਿਲਕੁਲ, ਕਿੰਨੇ ਬੰਦੇ ਰੈਫਰੀ ਨੇ, ਲਾਈਵ ਸ਼ੋਅ, ਲਾਈਵ ਮੈਚ ਚੱਲਦੇ ਆ, ਕਮੈਂਟਰੇਟਰ ਆ, ਹਾਂਜੀ ਹਾਂਜੀ, ਅਤੇ ਸਾਰੇ ਹੋਰ ਵੀ ਆ, ਅਤੇ ਇੱਕ ਥੋੜ੍ਹਾ ਜਿਹਾ ਕਮੈਂਟਰੇਟਰ ਦਾ ਮਿਆਰ ਉੱਚਾ ਹੋਣਾ ਚਾਹੀਦਾ, ਕਮੈਂਟਰੀ ਦਾ। ਕਮੈਂਟਰੀ ਦਾ ਮਿਆਰ ਕਬੱਡੀ ਦੇ ਵਿੱਚ ਥੋੜ੍ਹਾ ਜਿਹਾ ਡਿੱਗਿਆ, ਮੈਂ ਕਹਿੰਦਾ ਵੀ ਤਰੱਕੀ ਨਹੀਂ ਹੋਈ ਉਹਦੇ ਵਿੱਚ। ਹਾਂਜੀ ਹਾਂਜੀ, ਕਮੈਂਟਰੀ ਦਾ ਮਿਆਰ ਉੱਚਾ ਹੋਣਾ ਚਾਹੀਦਾ, ਵਧੀਆ ਲੈਵਲ ਦੀ ਕਮੈਂਟਰੀ ਹੋਣੀ ਚਾਹੀਦੀ ਆ। ਹਾਂਜੀ, ਅਤੇ ਹੋਰ ਗੱਲਬਾਤ ਕੋਈ? ਬਸ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।
ਐਡੀ ਦੂਰੋਂ ਤੁਸੀਂ ਚੱਲ ਕੇ ਆਏ, ਸਵੇਰ ਟਾਈਮ ਕੱਢਿਆ ਮੇਰੇ ਲਈ। ਨਹੀਂ ਨਹੀਂ ਕੋਈ ਗੱਲ ਨਹੀਂ, ਕਿਉਂਕਿ ਸਾਡੀ ਤਾਂ ਕੋਸ਼ਿਸ਼ ਰਹਿੰਦੀ ਹੈ ਜੀ ਕਿ ਪਿਛਲੇ ਕਾਫੀ ਸਮੇਂ ਤੋਂ ਮੇਰਾ ਖਿਆਲ ਵੀ 200 ਤੋਂ ਉੱਪਰ ਜਿਹੜੀਆਂ ਇੰਟਰਵਿਊ ਅਸੀਂ ਉਹ ਕਰ ਚੁੱਕੇ। ਹਾਂਜੀ ਮੈਂ ਦੇਖਦਾ, ਕਿਉਂਕਿ ਇੱਕ ਇਹੀ ਕੋਸ਼ਿਸ਼ ਲੈ ਕੇ ਚੱਲੀ ਸੀ, ਅਸੀਂ ਇਹੀ ਸੋਚ ਲੈ ਕੇ ਚੱਲੀ ਸੀ ਕਿ ਅਸੀਂ ਜਿਹੜੇ ਸਾਡੇ ਪੁਰਾਣੇ ਖਿਡਾਰੀ ਨੇ, ਕਿਉਂਕਿ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਇਕੱਲਾ ਅਖਬਾਰ ਦੇ ਵਿੱਚ ਹੀ ਖਬਰ ਆਉਂਦੀ ਸੀ। ਹਾਂਜੀ, ਅਤੇ ਹੁਣ ਜਦੋਂ ਇੱਕ ਵਾਰੀ ਇੰਟਰਵਿਊ ਪੈ ਜਾਂਦੇ ਆ ਤਾਂ ਲੋਕਾਂ ਦੇ ਵਿੱਚ ਆਉਂਦੇ, ਲੋਕ ਚਾਹੁੰਦੇ ਆ ਕਿਉਂਕਿ ਤੁਹਾਡੀ ਉਸ ਟਾਈਮ ਦੀ ਕਬੱਡੀ ਹੁਣ ਲੋਕ ਲਾਈਵ ਦੇਖ ਰਹੇ ਆ, ਲਾਈਵ ਦੇਖ ਰਹੇ, ਪਰ ਤੁਸੀਂ ਬਿਨਾਂ ਇੰਟਰਨੈਟ ਤੋਂ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ। ਹਾਂਜੀ, ਲੋਕਾਂ ਦੇ ਵਿੱਚ ਨਾਮ ਬਣਾਇਆ ਬਿਨਾਂ ਇੰਟਰਨੈਟ ਤੋਂ, ਅਤੇ ਆਪਣੇ ਗਰਾਊਂਡਾਂ ਦੇ ਵਿੱਚ ਹੀ ਲੋਕ ਤੁਹਾਨੂੰ ਵੇਖਣ। ਹਾਂਜੀ ਹਾਂਜੀ, ਪਰ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੇ ਵਰਗੇ ਪੁਰਾਣੇ ਕਬੱਡੀ ਖਿਡਾਰੀ ਨੇ ਜਿਹੜੇ ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਆਈਏ। ਹਾਂਜੀ, ਸੋ ਸਾਡੇ ਵੱਲੋਂ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਜੋਗਾ ਸਮਾਂ ਕੱਢਿਆ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ, ਤੁਸੀਂ ਸਾਡੇ ਲਈ ਟਾਈਮ ਕੱਢਿਆ। ਸਤਿ ਸ਼੍ਰੀ ਅਕਾਲ ਜੀ।